ਮੈਂ ਉਸ ਆਪਦੀ ਪੇਕੇ ਸ਼ਹਿਰ ਦਾ ਬਹੁਤ ਸ਼ੁਕਰੀਆ ਅਦਾ ਕਰਨੀ ਹਾਂ। ਪੇਕੇ ਸ਼ਹਿਰ 'ਚ ਮੁਸਲਮਾਨ ਨਿਕਲੇ ਨੇ ਅਤੇ ਮੇਰੇ ਪਿਓ ਦੀ ਦਿਨਾਈ 'ਤੇ ਉਹਦੀ ਚੰਗਿਆਈ 'ਤੇ ਉਹਨਾਂ ਨੇ ਅੱਖ ਭਰ ਕੇ ਨੇ ਸਾਡੇ ਕਾਫਲੇ ਵੱਲ ਵੇਖਿਆ। ਤੁਹਾਡੇ ਮੁਦਕੀ ਦੇ ਲੋਕਾਂ ਨੇ ਤੁਹਾਡਾ ਇਤਰਾਮ ਕੀਤਾ? ਇਤਰਾਮ ਕੀਤਾ ਜਦੋਂ ਮੇਰੇ ਪਿਓ ਨੇ ਕਾਫਲਾ ਸਜਾਦੀ 'ਚੋਂ ਕੱਢਿਆ। ਠੀਕ ਹੈ। ਜਦੋਂ ਅਸੀਂ ਕਤਲਗੜ੍ਹ ਕੋਲ ਆਇਆ ਨਾ, ਅੱਗੋਂ ਇਕੱਲਾ ਨਾ ਠਾਣਾ ਮੈਨੂੰ ਉਵੇਂ ਦਿੰਦਾ, ਸਰੀਆਂ ਵਾਲੀਆਂ ਬਾਰੀਆਂ ਨੇ ਪਹਿਲੇ ਜ਼ਮਾਨੇ ਮਕਾਨਾਂ ਲਾਈ ਦੀਆਂ, ਠੀਕ ਹੈ, ਸਰੀਆਂ ਲੱਗੇ ਹੁਣ ਵੀ ਪੁਰਾਣੇ ਮਕਾਨਾਂ 'ਚ ਹੈਗੀਆਂ। ਉੱਥੇ ਬੈਠੀ ਪੁਲਿਸ ਅਤੇ ਸਾਡੇ ਪਾਸੇ ਕਾਫਲੇ ਪਾਸੇ ਅਸੀਂ ਤਲਵਾਰਾਂ ਪਈਆਂ ਮੇਰੇ ਦੇਸਣ 'ਚ ਸੀਲੇ ਨੀਲੀਆਂ 'ਚ ਕੱਟੀਆਂ ਪੱਗਾਂ। ਅਕਾਲੀ ਅਕਾਲੀ ਸਨ? ਹਾਂ, ਅਕਾਲੀ ਅਕਾਲੀ। ਅੱਗੇ ਗਏ ਨਾ ਜਦੋਂ ਅੱਗੋਂ ਸਰਾਂ ਦੇ ਜੱਟ ਲੁੱਟਣ ਮਾਰਨ ਵਾਸਤੇ, ਉਹ ਵਾਲਦ ਸਾਹਿਬ ਨੂੰ ਜਾਣਦੇ ਸੀ। ਉਹਨੇ ਕਿਹਾ ਚੌਧਰੀ ਮੁਹੰਮਦ ਅਲੀ ਕਿਤੇ ਚੱਲਿਆ, 12 ਬੰਦੇ ਤੇਰੇ ਨਾਲ ਨੇ। ਉਹਨੇ ਕਿਹਾ ਸਾਡੀ ਲਾਸ਼ ਲੈ ਕੇ ਖਿੱਚ ਗਏ, ਲਾਸ਼ ਲੈਣੀ। ਉਹਨੇ ਕਿਹਾ ਭਲਿਆ ਮਾਨਸਾ ਭੋਲਿਆ ਬੰਦਿਆ, ਚੌਧਰੀ ਅਸਾਂ ਤੈਨੂੰ ਨਹੀਂ ਮਾਰਨਾ, ਨਾ ਤੇਰੇ ਨਾਲ ਜਾਣ ਮਾਰੀਏ। ਠੀਕ ਹੈ। ਅੱਛਾ ਜੀ, ਜਦੋਂ ਤੁਸੀਂ ਅੱਗੇ ਗਿਆ ਤੁਹਾਨੂੰ ਲਾਸ਼ ਦੇ, ਤੁਹਾਨੂੰ ਮਾਰ ਦੇਣਦੇ, ਚੁੱਪ ਕਰਕੇ ਤੇ ਤੂੰ ਮੁੜ ਜਾ, ਮੁੜ ਜਾ, ਜਾਨਾ ਬਚਾ ਲਓ। ਆ ਕੇ ਸਜਾਦੀ 'ਚ ਪੁੱਛਣ ਲੱਗਾ ਕਿ ਸ਼ਹੀਦਾ ਬੇਗਮ ਬੱਚੇ? ਉਹਨੇ ਕਿਹਾ ਚੌਧਰੀ ਤੂੰ ਨਹੀਂ ਨਾਲ ਲਿਆ? ਉਹਨੇ ਕਿਹਾ ਮੈਂ ਤਾਂ ਕਿ ਉਹਨਾਂ ਮਾਰ ਲਿਆ ਗਈ, ਉਹਨੇ ਮੇਰੀ ਮਾਰ ਲਿਆ ਕਿ ਜੋ ਮੇਰੇ ਬੱਚੇ ਹੀ ਇੱਧਰ ਮਾਰੇ ਗਏ, ਮੈਂ ਪਾਕਿਸਤਾਨ ਜਾ ਕੇ ਕੀ ਕਰਨਾ। ਉੱਠ ਕੇ ਕਾਠੀ ਪਾ ਕੇ ਜਦੋਂ ਬਹਿ ਗਿਆ, ਜਦੋਂ ਪਿੰਡੋਂ ਨਿਕਲਿਆ, ਆਏ ਅਕਾਲੀ ਮਾਰਨ ਨੂੰ ਭੱਜ ਕੇ, ਇੱਕ ਮੁੱਠ ਭਰੀ ਨੋਟਾਂ ਦੀ ਪੁੱਤ ਇੱਧਰ ਸਿੱਟ ਦਿੱਤੀ, ਇੱਕ ਮੁੱਠ ਭਰੀ ਇੱਧਰ ਸਿੱਟ, ਉਹ ਲੱਗ ਪਏ ਪੈਸੇ ਚੁਗਨ। ਉਹਨੇ ਉੱਡ ਨੂੰ ਲਾਈ ਅੱਡੀ 'ਚ ਮਿੱਠੀ ਕਰ ਲਿਆ। ਅਗਰ ਮੈਂ ਪੜ੍ਹੀ ਹੁੰਦੀ ਕੋਈ 10-12, ਮੈਂ ਇਸ ਪਾਕਿਸਤਾਨ 'ਚ ਕੌਮ ਦੇ ਵਿੱਚ ਹਿੱਸਾ ਲੈ ਲਈ। ਵਾਹ ਜੀ ਵਾਹ, ਇਨਸ਼ਾਅੱਲਾ, ਬਿਲਕੁਲ ਸਹੀ ਹੈ, ਮੈਂ ਹਿੱਸਾ ਲੈ ਸਕਦੀ ਹਾਂ। ਮੈਂ ਪਿਓ ਮੇਰੀ ਵਾਲਦਾ ਸਾਹਿਬ ਚੰਦਰੇ ਲਾਉਣ ਲੱਗੀ ਬੂਹਿਆਂ ਨੂੰ, ਦਰਵਾਜ਼ਿਆਂ ਨੂੰ। ਠੀਕ ਹੈ। ਉਹਨੇ ਆ ਕੇ ਸ਼ਹੀਦਾਂ ਬੇਗਮ ਚੰਦਰੇ ਨਾ ਲਾ, ਚੰਦਰੇ ਤੋੜਨ ਦੇ ਚਿਹਰੇ ਲੱਗੇਗਾ ਲੁੱਟਣ ਵਾਲਿਆਂ ਨੂੰ, ਖੁੱਲ੍ਹੇ ਬੂਹੇ ਛੱਡ, ਲੁੱਟ ਦਲ ਜਾ ਰਹੀ ਹੈ ਉਹਨਾਂ ਨੇ। ਵਾਲਦਾ ਨੇ ਚੰਦਰੇ ਨਹੀਂ ਲਾਏ। ਅੱਛਾ, ਉਦੋਂ ਗਾ ਇੱਕ ਉੱਥੋਂ ਪਤਾ ਸੀ ਤੁਰ ਪਏ। ਠੀਕ ਹੈ ਜੀ। ਜਿਹਨਾਂ ਕੋਲ ਗੱਡੇ ਗੁੱਡੇ ਸੀ, ਲੋਕਾਂ ਗੱਡੇ ਜੋੜ ਲਏ, ਸਮਾਨ ਲੱਦ ਲਿਆ, ਅਤੇ ਦੁੱਖੀ ਦੁਨੀਆ ਪੈਦਲ। ਕਾਲੀ ਰਾਤ ਨਮਾਜ਼ ਈਦ ਪੜ੍ਹੀ ਹੈ, ਈਦ ਪੜ੍ਹ ਕੇ ਅਗਲੇ ਦਿਨ ਚੁਣੇ ਅਸੀਂ। ਠੀਕ ਹੈ ਜੀ। ਰਾਤ ਨੂੰ ਜਦੋਂ ਅਸੀਂ ਪਿੰਡੋਂ ਮੁਲਕਿਓਂ ਨਿਕਲਿਆ ਨਾ, ਸਾਡਾ ਕਾਫਲਾ ਚੜ੍ਹਨ ਵਾਲੇ ਸਾਡੇ ਨਾਲ ਨੇ, ਉਹ ਜਿਵੇਂ ਜਿਵੇਂ ਨੇੜੇ ਜਿਹੜੇ ਪਿੰਡ ਸੀ ਨਾ ਉਹ ਤਾਂ ਰਲਦੇ ਆਏ, ਜਿਹੜੇ ਦੂਰ ਪਿੰਡ ਸੀ ਉਹ ਰਹਿ ਗਏ, ਉਹ ਪਿੱਛੋਂ ਨਿਕਲੇ, ਕੋਈ ਮਾਰੇ ਗਏ, ਕੋਈ ਬਚ ਗਏ, ਉਹ ਫਿਰ ਮੇਰੇ ਪਿਓ ਦੇ ਕਾਫਲੇ ਤੱਕ ਬਾਅਦ ਚੱਲੇ ਗਏ, ਜਦੋਂ ਮੇਰੇ ਪਿਓ ਨੇ ਕਾਫਲਾ ਸਜਾਦੀ 'ਚੋਂ ਕੱਢਿਆ। ਠੀਕ ਹੈ। ਜਦੋਂ ਅਸੀਂ ਕਤਲਗੜ੍ਹ ਕੋਲ ਆਏ ਨਾ, ਅੱਗੋਂ ਇਕੱਲਾ ਨਾ ਠਾਣਾ ਮੈਨੂੰ ਉਵੇਂ ਦਿੰਦਾ, ਸਰੀਆਂ ਵਾਲੀਆਂ ਬਾਰੀਆਂ ਨੇ ਪਹਿਲੇ ਜ਼ਮਾਨੇ ਮਕਾਨਾਂ ਲਾਈ ਦੀਆਂ, ਠੀਕ ਹੈ, ਸਰੀਆਂ ਲੱਗੇ ਹੁਣ ਵੀ ਪੁਰਾਣੇ ਮਕਾਨਾਂ 'ਚ ਹੈਗੀਆਂ। ਉੱਥੇ ਬੈਠੀ ਪੁਲਿਸ। ਅੱਛਾ ਜੀ। ਅਤੇ ਅਸੀਂ ਪਤੜੀ ਅਤੇ ਨਹਿਰ ਦੀ ਤੇ, ਠੀਕ ਹੈ, ਜਿੱਥੇ ਕਤਲਗੜ੍ਹ ਉੱਥੇ ਕੱਡਾ ਥੋੜ੍ਹਾ ਉੱਤੇ ਉੱਡਾ ਬੁਰਜ ਬਣੇ ਕੋ ਉੱਤੇ ਖੂਹੀ ਸੀ, ਠੀਕ ਹੈ, ਜਿੱਥੇ ਜੰਗ ਲੱਗਾਈ ਸਾਡਾ ਅੰਗਰੇਜ਼ਾਂ ਦਾ। ਠੀਕ ਹੈ ਜੀ। ਉੱਥੇ ਸਾਡਾ ਇੱਕ ਗੱਡਾ ਟੁੱਟ ਗਿਆ ਗਜੂ ਦਾ, ਦੂਜੇ ਗੱਡੇ ਪਿੱਛੇ ਰਹਿ ਗਏ ਸਮਾਨ ਲੱਦੇ ਲੋਕਾਂ ਨੇ। ਠੀਕ ਹੈ ਜੀ। ਇੱਕ ਸਾਡਾ ਸ਼ਬੀਰ ਸਿਪਾਹੀ ਮੁਲਕੀ ਦਾ ਨਿਜ਼ਾਮ ਦੀਨ ਦਾ ਬੇਟਾ ਸੀ, ਠੀਕ ਹੈ ਜੀ, ਉਹ ਪੁਲਿਸ 'ਚੋਂ ਨੱਸਿਆ, ਠੀਕ ਹੈ, ਉਹਦੇ ਵਰਦੀ ਇੱਥੇ ਲੱਗੀ ਪੇਟੀ ਰੌਂਦਾਂ ਵਾਲੀ, ਹੱਥ 'ਚ ਬੰਦੂਕ, ਠੀਕ ਹੈ, ਉਹ ਮੁਕਾਬਲਾ ਉਹਨਾਂ ਇਕੱਲਾ ਵਾਲੇ ਠਾਣੇ ਨਾਲ ਕਰਦਾ। ਅੱਛਾ ਜੀ। ਉਹ ਨੀਚੇ ਸੀ, ਉਹ ਉੱਤੇ ਚਬਾਰੇ ਦੇ, ਜਿਵੇਂ ਮੇਰਾ ਚਬਾਰਾ, ਠੀਕ ਹੈ, ਉਹ ਚਬਾਰੇ ਦੇ, ਠੀਕ ਹੈ ਜੀ। ਅੱਲਾ ਦਾ ਹੁਕਮ ਆਇਆ, ਉਹਦੇ ਗੋਲੀ ਲੱਗ ਗਈ, ਸ਼ਹੀਦ ਹੋ ਗਿਆ। ਇੱਕ ਸੀ ਜੀਜ ਮੁਗਲਾਂ ਦਾ, ਮੁਲਕੀ ਦਾ, ਉਹ ਫੌਜ 'ਚ ਨੱਸਿਆ, ਉਹ ਗਰੇਟ ਲਿਆ ਚੋਲਾ ਭਰ ਕੇ, ਤੁਹਾਨੂੰ ਸਾਡੇ ਕਾਫਲੇ ਪਾਸੇ, ਅਸੀਂ ਤਲਵਾਰਾਂ ਪਈਆਂ ਮੇਰੇ ਜਿਸਮ 'ਚ ਸੀਲੇ, ਨੀਲੀਆਂ 'ਚ ਕੱਟੀਆਂ ਪੱਗਾਂ। ਅਕਾਲੀ ਅਕਾਲੀ ਸਨ? ਹਾਂ, ਅਕਾਲੀ ਅਕਾਲੀ। ਉਹ ਵੇਖ ਲਾ ਤੂੰ, ਮੈਂ ਉਸ ਆਪਦੀ ਪੇਕੇ ਸ਼ਹਿਰ ਦਾ ਬਹੁਤ ਸ਼ੁਕਰੀਆ ਅਦਾ ਕਰਨੀ ਹਾਂ। ਪੇਕੇ ਸ਼ਹਿਰ 'ਚ ਮੁਸਲਮਾਨ ਨਿਕਲੇ ਨੇ ਅਤੇ ਮੇਰੇ ਪਿਓ ਦੀ ਦਿਨਾਈ 'ਤੇ ਉਹਦੀ ਚੰਗਿਆਈ 'ਤੇ ਉਹਨਾਂ ਨੇ ਅੱਖ ਭਰ ਕੇ ਨੇ ਸਾਡੇ ਕਾਫਲੇ ਵੱਲ ਵੇਖਿਆ। ਤੁਹਾਡੇ ਮੁਦਕੀ ਦੇ ਲੋਕਾਂ ਨੇ ਤੁਹਾਡਾ ਇਤਰਾਮ ਕੀਤਾ? ਇਤਰਾਮ ਕੀਤਾ। ਸਵੇਰ ਨੂੰ ਅਸੀਂ ਸਜਾਦੀ 'ਚ ਘੇਰਾ ਪੈ ਗਿਆ ਉੱਥੇ, ਜਦੋਂ ਮੁੰਡੇ ਦੋਵੇਂ ਸ਼ਹੀਦ ਹੋ ਗਏ ਬੱਚਾ ਸਾਡਾ, ਉਹ ਬੰਬ ਉਹਨੇ ਦੱਬਤਾ ਨਹਿਰ ਦੀ, ਖਤਾਈ ਦਾ ਨਹਿਰ ਸੀ, ਖਤਾਈ 'ਚ ਦੱਬ ਦਿੱਤਾ ਅਤੇ ਉਹ ਸਲਾਬ ਸੀ ਉੱਥੇ, ਉਹ ਬੰਬ ਛੇਤੀ ਨਾ ਚੱਲਿਆ।
ਉਹਨਾਂ ਮੈਂ ਵੇਖਿਆ ਬੰਬ ਕਿਉਂ ਚੱਲਿਆ ਉੱਧਰੋਂ ਅਕਾਲੀ ਵੀ ਸਾਡੇ ਵੱਲ ਟੁਰੇ ਆਉਣ ਮਾਰਨ ਵਾਸਤੇ ਅਕਾਲੀ ਵੀ ਨੇੜੇ ਆ ਗਿਆ ਅਤੇ ਉਹ ਸਾਡਾ ਰਸ਼ੀਦ ਵੀ ਨੇੜੇ ਗਿਆ ਬੰਬ ਚੱਲ ਗਿਆ ਉਹਦੀ ਅੱਖ ਪੈ ਗਈ ਇੱਕ ਪੱਤਰਾ ਵੱਜ ਕੇ ਉਹਨਾਂ ਪਿੱਛੇ ਜਾ ਕੇ ਆਖਿਆ ਇਸ ਕਾਫਲੇ ਕੋਲ ਬੰਬ ਅਤੇ ਗ੍ਰਨੇਡ ਜੇ ਇਸ ਕਾਫਲੇ ਨੇੜੇ ਨਾ ਜਾਇਆ ਜੇ ਠੀਕ ਹੈ ਨਾ ਪੁੱਤ ਠੀਕ ਹੈ ਜਦੋਂ ਸਾਡਾ ਸਿਪਾਹੀ ਸ਼ਹੀਦ ਹੋ ਗਿਆ ਇਹ ਸਾਨੂੰ ਪਾਜੜ ਪੈ ਗਈ ਠੀਕ ਹੈ ਅੱਛਾ ਜੀ ਉਦੋਂ ਫਿਰ ਦੁਨੀਆ ਭੱਜ ਪਈ ਗੱਡਾ ਅੱਗੇ ਹੋ ਗਿਆ ਰੁਕ ਗਿਆ ਵੀ ਫਿਰ ਗੱਡੇ ਤੁਰਿਆ ਨਾ ਇੱਕ ਜਿਹੜੀ ਮਾਈ ਸਾਡੇ ਘਰ ਰਹਿੰਦੀ ਸੀ ਨਾ ਉਹ ਮਾਈ ਨੇ ਸਾਨੂੰ ਚਾਕੇ ਦੇ ਗੱਡੇ ਦੇ ਬਾਹਰ ਤਾ ਅਸੀਂ ਗੱਡੇ ਪੁੱਤ ਸ਼ਹਿਰੀ ਬੱਚੇ ਅਸੀਂ ਗੱਡੇ ਕਿਉਂ ਵੇਖੇ ਨਾ ਅਸੀਂ ਕਾਲੇ ਵੇਖੇ ਉਹ ਜਦੋਂ ਆਪ ਤਾਂ ਗਈ ਉੱਤਰ ਜਦੋਂ ਭੱਜਣ ਪੈ ਗਈ ਸਾਨੂੰ ਅਸੀਂ ਲੁਕ ਜਾਓ ਪੁੱਤ ਲੁਕ ਜਾਓ ਅਸੀਂ ਪੱਕੇ ਇਹਦੀ ਇਵੇਂ ਬੋਲਦੀ ਸੀ ਅਸੀਂ ਤੌਣਾ ਨੰਗੀਆਂ ਮੈਂ ਰੋਂਦੀ ਰੋਂਦੀ ਨਾ ਮਾਂ ਦਾ ਪਤਾ ਨਾ ਮੈਨੂੰ ਪਿਓ ਦਾ ਪਤਾ ਸਾਡੇ ਕਿੱਧਰ ਗਏ ਰੋਂਦੀ ਰੋਂਦੀ ਨੇ ਮੈਂ ਸਿਰ ਤਾਂ ਚੱਕਿਆ ਨਾ ਕੋਈ ਬੰਦਾ ਬਸ਼ਰ ਨਾ ਕਾਫਲੇ ਦਾ ਕੋਈ ਬੰਦਾ ਛੇਲਾ ਲੈ ਕੇ ਬਰਛਾ ਲੈ ਕੇ ਅਤੇ ਟਾਹਲੀਆਂ ਮੁੰਡਾ ਨੂੰ ਖੜੇ ਕੁਦਰਤ ਤਾਂ ਮੈਨੂੰ ਮਾਈ ਦਾ ਪੁੱਤ ਕਰਦਾ ਅਤੇ ਮੈਂ ਉਹਨੂੰ ਜਾਣਦੀ ਮੈਂ ਉਹਨੂੰ ਆਣ ਗਿਆ ਚਾਚਾ ਖੁਸ਼ ਜਾ ਸਾਨੂੰ ਗੱਡੇ ਤੋਂ ਉਤਾਰ ਦੇ ਸਾਨੂੰ ਵਾਲੇ ਨਹੀਂ ਆਉਂਦੇ ਉਤਰਨ ਦਾ ਠੀਕ ਹੈ ਉਹਨੇ ਇੱਕ ਵਾਰ ਜੱਫਾ ਭਰ ਕੇ ਮੈਨੂੰ ਉਤਾਰ ਲਿਆ ਇੱਕ ਵਾਰ ਮੇਰੇ ਭਾਈ ਆਫਤਾ ਨੂੰ ਉਤਾਰ ਲਿਆ ਮੈਂ ਆਪਦੇ ਭਰਾ ਦੀ ਬਾਂਹ ਫੜ ਲਈ ਮੇਰੇ ਜ਼ਿਹਨ ਨੇ ਕੰਮ ਕੀਤਾ ਵੀ ਟਾਵਾਂ ਟਾਵਾਂ ਕੋਈ ਬੰਦਾ ਬੁੜੀ ਸੀ ਜਿਹੜਾ ਰਹਿ ਗਿਆ ਵਾਹਨਾਂ 'ਚ ਵੀ ਜਿੱਧਰ ਨੂੰ ਦੁਨੀਆ ਜਾਂਦੀ ਵੀ ਉੱਧਰ ਨੂੰ ਤੂੰ ਪ੍ਰਾਣ ਲੈ ਕੇ ਚੱਲ ਠੀਕ ਹੈ ਨਾ ਅੱਛਾ ਜੀ ਮੈਂ ਉੱਧਰ ਤੁਰ ਪਈ ਅੱਗੇ ਮੈਂ ਗਈ ਲੈ ਕੇ ਪ੍ਰਾਣ ਦੇ ਅੱਗੇ ਖਾਲਾ ਬਹੁਤ ਵੱਡਾ ਅਸੀਂ ਖਾਲੇ ਕਿਉਂ ਵੇਖੇ ਪੁੱਤ ਉੱਥੇ ਮੇਰੇ ਫੇਰ ਇੱਕ ਸਾਡੀ ਆਪਦੀ ਸੀ ਉਹ ਪਿੱਛੋਂ ਟੱਕਰੀ ਮੈਂ ਉਹਨੂੰ ਆਣੀ ਭੈਣ ਸਾਨੂੰ ਖਾਲਾ ਨਗਾ ਦੇ ਉਹਨੇ ਇੱਕ ਵਾਰੀ ਮੈਨੂੰ ਮੁੰਡਿਆ ਮੈਂ ਖਾਲਾ ਨਗਾ ਤਾ ਇੱਕ ਵਾਰ ਮੇਰੇ ਭਾਈ ਨੇ ਨਗਾ ਤਾ ਮੈਂ ਫਿਰ ਭਾਈ ਦੀ ਬਾਂਹ ਫੜ ਲਈ ਫਿਰ ਮੈਂ ਅੱਗੋਂ ਜਦੋਂ ਮੇਰਾ ਵਾਲਦ ਸਾਹਿਬ ਸ਼ਮੀਰ ਦੀ ਲਾਸ਼ ਲੈ ਕੇ ਖਿੱਚ ਕੇ ਅੱਛਾ ਜੀ ਵਾਲਦ ਸਾਹਿਬ ਨੇ ਚੌਂਜਣੀਆਂ ਵੱਡਾ ਛੋਟਾ ਕਮਾਲ ਇੱਕ ਹੈਗਾ ਸੀ ਹੋਰ ਭਾਈ ਸੱਤ ਬੰਦੇ ਮੁਲਕੇ ਦੇ ਉਹਨਾਂ ਨੇ ਪਰਪਾਲਾਂ ਨੇ ਉਹਨਾਂ ਦਾ ਆਪਣੀ ਲਾਸ਼ ਲੈ ਕੇ ਖਿੱਚ ਕੇ ਆਪਾਂ ਲਾਸ਼ ਲਿਆਉਣੀ ਅੱਗੋਂ ਜਾਂਦੇ ਪਹਿਲਾਂ ਬੱਚੇ ਨਾ ਸੰਭਾਲੇ ਫਿਰ ਤਾਂ ਨਾ ਸੰਭਾਲਿਆ ਉਹਨੇ ਮਾਂ ਨੇ ਆਖਿਆ ਪਿਓ ਕੋਲ ਅਤੇ ਪਿਓ ਨੇ ਆਖਿਆ ਮਾਂ ਕੋਲ ਅੱਛਾ ਜੀ ਇਸ ਭੁਲੇਖੇ 'ਚ ਤੁਸੀਂ ਰੁਲੇ ਫਿਰ ਅਸੀਂ ਨਿਕਲ ਗਏ ਅੱਗੇ ਗਏ ਨਾ ਜਦੋਂ ਅੱਗੋਂ ਸਰਾਂ ਵਾਲੇ ਜੱਟ ਲੁੱਟਣ ਮਾਰਨ ਵਾਸਤੇ ਉਹ ਵਾਲਦ ਸਾਹਿਬ ਨੂੰ ਜਾਣਦੇ ਸੀ ਉਹਨੇ ਕਿਹਾ ਚੌਧਰੀ ਮੁੰਦਲੀ ਕਿੱਧਰ ਚੱਲਿਆ ਬਾਰਾਂ ਬੰਦੇ ਤੇਰੇ ਨਾਲ ਨੇ ਉਹਨੇ ਕਿਹਾ ਸਾਡੀ ਲਾਸ਼ ਲੈ ਕੇ ਖਿੱਚ ਕੇ ਲਾਸ਼ ਲੈਣੀ ਹੈ ਉਹਨੇ ਕਿਹਾ ਭਾਲਿਆ ਮਾਨਸਾ ਭੋਲਿਆ ਬੰਦਿਆ ਚੌਧਰੀ ਇੱਥੇ ਤੈਨੂੰ ਨਹੀਂ ਮਾਰਨਾ ਨਾ ਤੇਰੇ ਨਾਲ ਤੈਨੂੰ ਮਾਰੀਏ ਠੀਕ ਹੈ ਅਤੇ ਹੋਰ ਤੁਹਾਡੀਆਂ ਜਾਨਾਂ ਜਾਣਦੀਆਂ ਅੱਛਾ ਜੀ ਜਦੋਂ ਤੁਸੀਂ ਅੱਗੇ ਗਿਆ ਤੁਹਾਨੂੰ ਲਾਸ਼ ਦੇ ਤੁਹਾਨੂੰ ਮਾਰ ਦੇਂਦੇ ਚੁੱਪ ਕਰਕੇ ਤੇ ਤੂੰ ਮੁੜ ਜਾ ਇੱਥੇ ਮੁੜ ਜਾ ਜਾਨਾਂ ਬਚਾ ਲਓ ਹੁਣ ਲਾਸ਼ ਨਾ ਲੱਭ ਤੇ ਇਹਨਾਂ ਨੂੰ ਬਚਾ ਲਾ ਉਹ ਤੋਂ ਬਾਅਦ ਸਭ ਲੈ ਕੇ ਸਾਰੇ ਸਜ਼ਾਦੀ ਆ ਗਿਆ ਆ ਕੇ ਸਜ਼ਾਦੀ 'ਚ ਪੁੱਛਣ ਲੱਗਾ ਕਿ ਸ਼ਹੀਦਾ ਬੇਗਮ ਬੱਚੇ ਉਹਨੇ ਕਿਹਾ ਚੌਧਰੀ ਤੂੰ ਨਹੀਂ ਨਾਲ ਲਿਆ ਉਹਨੇ ਕਿਹਾ ਮੈਂ ਤਾਂ ਕਿ ਉਹਨਾਂ ਮਾਰ ਲਿਆ ਗਈ ਉਹਨੇ ਮੇਰੀ ਮਾਂ ਲਿਆ ਕਿ ਜੋ ਮੇਰੇ ਬੱਚੇ ਹੀ ਇੱਧਰ ਮਾਰ ਗਏ ਮੈਂ ਪਾਕਿਸਤਾਨ ਜਾ ਕੇ ਕੀ ਕਰਨਾ ਉਹਨੇ ਬਾਲਟੀ 'ਚ ਪਾਣੀ ਪਾ ਲਿਆ ਪੁੱਤਰ ਪੜਦੇ ਦੀ ਪਾ ਬੰਦ ਸੀ ਉਹਨੇ ਠਾਠਾ ਮਾਰ ਲਿਆ ਬਾਲਟੀ ਪਾਣੀ ਪਾ ਕੇ ਜਿੱਧਰ ਨੂੰ ਆਏ ਸਨ ਅਸੀਂ ਉੱਧਰ ਨੂੰ ਟੁੱਟ ਪਈ ਅੱਗੇ ਅਗਲਾ ਟੱਕਰ ਕੌਣ ਜਾਣਦਾ ਉਹਦੇ ਮੱਥੇ ਹੀ ਲਿਖਿਆ ਵੀ ਚੌਧਰੀ ਦੀ ਬੀਵੀ ਠੀਕ ਹੈ ਕੋਈ ਪਤਾ ਨਹੀਂ ਵੀ ਕੌਣ ਬੇਬੇ ਦੇ ਪਾਣੀ ਅੰਮਾ ਦੇ ਪਾਣੀ ਇੰਨਾ ਕੁ ਲੈ ਗਿਆ ਸਾਡੇ ਯੁੱਗ ਜਦੋਂ ਮੈਂ ਉਹਦੇ ਭਰਾ ਨੂੰ ਲੈ ਗਏ ਸਜ਼ਾਦੀ ਦੇ ਚੰਨਾ ਵੜੀ ਅੱਗੋਂ ਮੇਰੀ ਮਾਂ ਨੇ ਵੇਖਿਆ ਉਹਨੇ ਗਲੇ ਨਾਲ ਲਾਇਆ ਅਸੀਂ ਵੀ ਰੋਈ ਗਏ ਸਾਡੀ ਮਾਂ ਵੀ ਰੋਵੇ ਚਲੋ ਜੀ ਪਾਣੀ ਘੁੜ ਘੁੜ ਪਿਆ ਕੇ ਸਾਨੂੰ ਅੱਗੋਂ ਮੇਰਾ ਬਾਬਾ ਪਿਆ ਉਹਨਾਂ ਸੀਨੇ ਤੋਂ ਮੈਂ ਕਿਹਾ ਬਾਬਾ ਮੈਂ ਤੇਰੇ ਸੀਨੇ 'ਤੇ ਨਹੀਂ ਪੈਣਾ ਤੁਸੀਂ ਸਾਨੂੰ ਕਿਉਂ ਛੱਡ ਕੇ ਆਏ ਅੱਛਾ ਮੇਰਾ ਵਾਲਦ ਰੋਵੇ ਬੇਟਾ ਮੈਨੂੰ ਮਾਫ਼ ਕਰ ਦੇ ਮੈਂ ਤੇਰੀ ਮਾਂ ਦੇ ਭੁਲੇਖੇ ਰਹਿ ਗਿਆ ਮੈਂ ਉੱਧਰ ਲਾਸ਼ ਲੈਣ ਜਾਂਦਾ ਰਿਹਾ ਮੈਨੂੰ ਮਾਫ਼ ਕਰ ਦੇ ਮੈਂ ਕਿਹਾ ਨਹੀਂ ਤੁਸੀਂ ਸਾਨੂੰ ਛੱਡ ਕੇ ਕਿਉਂ ਆਏ ਨਾ ਅਸੀਂ ਤੁਹਾਨੂੰ ਮਾਫ਼ ਨਹੀਂ ਬਣਾਉਣਾ ਫਿਰ ਮਾਂ ਬਾਪ ਸੀ ਪਿਆਰ ਕੀਤਾ ਮੈਂ ਭੁੱਲ ਗਈ ਉੱਥੇ ਪਿਆ ਮੇਰੇ ਬਾਪ ਨੇ ਰੁੱਕਾ ਲਿਖਿਆ ਕੋਈ ਮਾਈ ਦਾ ਲਾਲ ਦਿਲ ਕੱਢੇ ਇਹ ਮੇਰਾ ਰੁੱਕਾ ਲਿਖਿਆ ਫਿਰੋਜ਼ਪੁਰ ਆਪਣੇ ਉੱਥੇ ਸਾਹਿਬ ਹੈ ਫੌਜ ਦਾ ਉਹ ਮੇਰਾ ਦੋਸਤ ਹੈ ਇਹ ਮੇਰਾ ਰੁੱਕਾ ਦਿਓ ਉਹ ਆਪਣੀ ਮਦਦ ਕਰੋ ਉਹ ਸਵੇਰੇ ਕਾਲਿਸਤਾਨ ਚਾਰ 'ਚ ਮੇਰੇ ਹਿੰਦੂ ਮਾਰਨ ਵਾਲੇ ਫਿਰਦੇ ਸੀ ਕਾਫਲੇ ਨੂੰ ਉਦੋਂ ਕੌਣ ਮਾਈ ਦਾ ਲਾਲ ਜ਼ੁਰਤ ਕਰੇ ਠੀਕ ਹੈ ਨਾ ਜੀ ਕਿਸੇ ਨੇ ਜ਼ੁਰਤ ਕੀਤੀ ਫਿਰ ਕਹਿ ਅਗਲੇ ਨੂੰ ਆ ਕੇ ਕੋਈ ਲੋਕ ਕਿਸੇ ਨੇ ਜ਼ੁਰਤ ਕੀਤੀ ਅਸੀਂ ਜਾਣੇ ਰੁੱਕਾ ਲੈ ਗਏ ਠੀਕ ਹੈ ਵਾਲਦ ਸਾਹਿਬ ਸਾਡੇ ਕੁਦਰਤ ਬੰਨਾ ਮੇਰੇ ਵਾਲਦ ਸਾਹਿਬ ਦੌਲਤ ਬਹੁਤ ਹੁੰਦੀ ਸੀ ਠੀਕ ਉਹ ਆਪਦੀ ਦੌਲਤ ਅਤੇ ਆਪਦੇ ਲੋਸ ਅਤੇ ਆਪਦੀ ਜੇਬ 'ਤੇ ਸਾਰੇ ਕੰਮ ਕਰ ਲੈਂਦੇ ਬਿਲਕੁਲ ਠੀਕ ਹੈ ਇਨਸ਼ਾ ਅੱਲਾ ਦੇ ਬੰਨਾ ਅੱਛਾ ਜੀ
ਉਹਨੇ ਅਚਕਨ ਪਾ ਲਈ, ਗਰਮੀ ਤੇ ਠੰਡੀ ਅਚਕਨ ਪਾ ਲੈਂਦਾ। ਠੀਕ ਹੈ ਠੀਕ। ਅਚਕਨ ਪਾ ਕੇ ਦੋਵੇਂ ਜੇਬਾਂ ਨਾਲ ਨੋਟਾਂ ਦੀਆਂ ਭਰੀਆਂ ਸੀ। ਅੱਛਾ ਜੀ। ਉਸ ਵਕਤ ਤੇ ਸਿਮਨਾ ਮੇਰੀ ਮਾਈ ਕੋਲ ਇੰਨਾ। ਅੱਛਾ। ਮੇਰੇ ਇੰਨਾ ਪਾਇਆ ਪੈਰਾਂ ਤੋਂ ਲੈ ਕੇ ਸਿਰ ਤਾਈ, ਯਕੀਨ ਕਰ ਲਿਆ ਪੁੱਤਰ ਮੈਂ ਭਰੀ ਡਰਾਈਵਰ ਗਈ ਪਾਕਿਸਤਾਨ ਆਈ ਨਾ ਮੈਂ ਤੁਰ ਕੇ। ਵਾਹ ਜੀ ਵਾਹ। ਅਸੀਂ ਤੁਰ ਕੇ ਰੁਲ ਕੇ ਆਏ ਜੋ ਵਾਲਦ ਦੁਨੀਆਂ ਨੂੰ ਲਿਆਇਆ, ਮਖਲੂਕ ਅੱਲਾ ਨੇ ਲਿਆ, ਸਾਨੂੰ ਅੱਲਾ ਦੇ ਬੰਦੇ ਨੇ ਲਿਆ। ਅੱਛਾ। ਉਹਨਾਂ ਨੇ ਪੂਰੀ ਦੁਨੀਆਂ ਦੀ ਫਿਕਰ ਕੀਤੀ, ਕਾਫਲੇ ਨੂੰ ਜੋੜਿਆ, ਕਾਫਲੇ ਲਿਆਇਆ ਉਹ ਜਿਹੜੇ ਲਾਸ਼ਾਂ ਸਨ ਉਹਨੂੰ ਲੈਣ ਭੱਜੇ ਫਿਰੇ, ਭੱਜੇ ਫਿਰੇ, ਲੋਕਾਂ ਨੂੰ ਸੰਭਾਲਦੇ ਫਿਰੇ ਤੇ ਆਪਣੇ ਘਰ ਦੇ ਜੀਆਂ ਨੂੰ ਰੱਬ ਦੇ ਆਸਰੇ ਤੇ ਛੱਡ ਆਸਰੇ ਛੱਡ ਦੇ ਨਿਕਲੇ ਮਾਰੇ ਗਏ ਕੇ ਹੈਗੇ। ਅੱਛਾ ਜੀ। ਸਾਨੂੰ ਫਿਰ ਅੱਲਾ ਲਿਆ ਮਦੀਨਿਆਂ ਲੈ ਗਿਆ ਵੀ ਉਹ ਮੇਰੀ ਮਖਲੂਕ ਨੂੰ ਇਹ ਚੀਜ਼ਾਂ ਦਾ ਅਤੇ ਉਹਦੇ ਬੱਚਿਆਂ ਦੀ ਮੈਂ ਹਿਫਾਜ਼ਤ ਕਰਨਾ। ਬਿਲਕੁਲ ਠੀਕ ਹੈ ਜੀ। ਅੱਛਾ। ਉਹ ਨਾ ਕੋਈ ਬੰਦੇ ਨੇ ਜ਼ੁਰਤ ਨਾ ਕੀਤੀ ਵੀ ਲਿਆ ਚੌਧਰੀ ਅਸੀਂ ਚੱਲੇ ਹਾਂ ਫਿਰੋਜ਼ ਪੁਰ। ਠੀਕ ਹੈ ਜੀ। ਆਖਣ ਲੱਗਾ ਐਂ ਕਰੋ, ਉੱਠਦੇ ਜਦੋਂ ਉਹਦੀ ਲੱਤ ਨੂੰ ਲਗਾ ਸੀ, ਜਦੋਂ ਪਹਿਲਾਂ ਪੁਲਿਸ ਵਿੱਚ ਭਰਤੀ ਸੀ, ਫਿਰ ਉਹ ਫੌਜ 'ਚ ਭਰਤੀ ਹੋਇਆ ਅਤੇ ਜਦੋਂ ਉਹਦੇ 7 ਵਜੇ ਮਨਕਾ ਟੁੱਟਿਆ ਸੀ ਵਾਲਦ ਸਾਹਿਬ ਦਾ। ਅੱਛਾ ਜੀ। ਅੰਗਰੇਜ਼ਾਂ ਦੇ ਵੇਲੇ 'ਚ। ਠੀਕ ਹੈ। ਉਹ ਫਿਰ ਉਹਦੇ ਰਿਟਾਇਰ ਹੋ ਗਿਆ ਸੀ। ਠੀਕ ਹੈ ਜੀ। ਸਾਲ ਭਰ ਉਹਦਾ ਬੁੱਧ ਮੈਂ ਮੇਹੂ ਹਸਪਤਾਲ 'ਚ ਦਾਖਲ ਲਿਆ ਕਿ ਅੰਗਰੇਜ਼ਾਂ ਦੀ ਵਕਤ ਸੀ ਅਤੇ ਮੈਨੂੰ ਉਹਨਾਂ ਸਿੱਧਾ ਪਾਇਆ ਸਾਲ ਭਰ। ਉਹਦੇ ਲੱਤ ਨਾ ਥੋੜ੍ਹੇ ਵਾਲ ਪੈ ਗਿਆ, ਲੱਤ ਟੁੱਟੀ ਨਹੀਂ ਸੀ, ਖੁੰਡੀ ਨਹੀਂ ਸੀ ਮੇਰੇ ਵਾਂਗ ਕੋਲੇ। ਠੀਕ ਹੈ। ਲਗਾ ਕੇ ਟੁੱਟ ਗਿਆ ਸੀ। ਜੇ ਆਹਨਾ ਦੇ ਬੇਟਾ ਮੇਰਾ ਅਜੇ ਵੀ ਮੇਹੂ ਹਸਪਤਾਲ 'ਚ ਫੋਟੋ ਹੈਗਾ ਕਿ ਬਹਿਤ ਬੰਦਾ ਹੈ ਮਨ ਕੇ ਟੁੱਟਿਆ ਬਚਿਆ। ਅਸੀਂ ਆਖਣਾ ਬਾਬਾ ਤੂੰ ਕਿਉਂ ਬਚਿਆ? ਉਹਨੇ ਆਖਣਾ ਮੈਂ ਜਿਹੜੇ ਇੰਨੇ ਕੰਮ ਕਰਨੇ ਸੀ, ਮੈਨੂੰ ਅੱਲਾ ਨੇ ਤਾਂ ਬਚਾਇਆ, ਮਖਲੂਕ ਦੇ ਕੰਮ ਆਉਣਾ। ਮੈਂ ਉਹਨੇ ਕਿਹਾ ਦੁਨੀਆਂ ਦੇ ਕੰਮ ਮੇਰੇ ਲਿਖੇ ਲਿਖੇ 'ਚ, ਮੇਰੀ ਤਕਦੀਰ ਨਸੀਬ 'ਚ ਮੇਰੇ ਅੱਲਾ ਨੇ, ਮੈਂ ਕੰਮ ਆਉਣਾ ਦੁਨੀਆਂ ਦੇ। ਅੱਛਾ ਜੀ। ਮੈਨੂੰ ਅੱਲਾ ਨੇ ਤਾਂ ਬਚਾਇਆ। ਠੀਕ ਹੈ। ਮੈਨੂੰ ਅੱਲਾ ਨੇ ਲਾਜ ਵੀ ਦੇਣੀ ਸੀ, ਮੇਰਾ ਦੁਨੀਆਂ 'ਤੇ ਨਾਂ ਰਹਿਣਾ ਸੀ, ਉਹਨੇ ਅੱਗੋਂ ਮੈਨੂੰ ਉਹ ਆਖਣਾ। ਵਾਹ ਜੀ ਵਾਹ। ਇੱਕ ਚਲਾ ਤੈਨੂੰ ਪਹਿਲਾਂ ਕਾਫਲਿਆਂ ਦੇ ਸੁਣਾਵਾਂ, ਦੂਜੀ ਕਹਾਣੀ ਫਿਰ ਸੁਣਾਵਾਂ। ਠੀਕ ਹੈ। ਕੋਈ ਬੰਦਾ ਬਸ਼ਨ ਨਾ ਦਿਲ ਚੁੱਕਿਆ, ਆਪ ਹੀ ਕਹਿੰਦਾ ਉੱਠ ਤੇ ਕਾਠੀ ਪਾ ਲਿਓ, ਉੱਠ ਤੇ ਕਾਠੀ ਪਾ ਕੇ ਜਦੋਂ ਬਹਿ ਗਿਆ, ਜਦੋਂ ਪਿੰਡੋਂ ਨਿਕਲਿਆ ਆਏ ਕਾਲੀ ਮਾਰਨ ਨੂੰ ਭੱਜ ਕੇ, ਇੱਕ ਮੁੱਠ ਭਰੀ ਨੋਟਾਂ ਦੀ ਪੁੱਤ ਇੱਧਰ ਸਿੜ ਦਿੱਤੀ, ਇੱਕ ਮੁੱਠ ਭਰੀ ਇੱਧਰ ਸਿੜ ਦਿੱਤੀ, ਉਹ ਲੱਗ ਪਏ ਪੈਸੇ ਚੁੱਕਣ, ਉਹਨੇ ਉੱਡ ਨੂੰ ਲਾਈ ਅੱਡੀ 'ਚੋਂ ਬਿੱਥੀ ਕਰ ਗਿਆ। ਜਦੋਂ ਅੱਲਾ ਸਬੱਬ ਬਣਾਉਂਦਾ, ਬਿਲਕੁਲ ਠੀਕ ਹੈ, ਅੱਲਾ ਸਬੱਬ ਬਣਾਇਆ ਮੱਲ ਵੱਲ ਜਾ ਪੜਿਆ। ਠੀਕ ਹੈ। ਮੱਲ ਵੱਲ ਪਠਾਣਾ ਦਾ ਸ਼ਾਇਦ ਤੂੰ ਸੁਣਿਆ ਹੋ ਜਾ, ਜਾਣਦਾ ਹੋ ਜਾ, ਪੁੱਛਦਾ ਸੁਣਿਆ, ਉਹ ਪਠਾਣਾ ਪਿੰਡ ਸੀ, ਉਹਨਾਂ ਦੇ ਡੇਰੇ 'ਤੇ ਗਿਆ, ਇੱਕ ਭਤੀਜਾ ਨਾਲ ਬਾਲ ਗਿਆ, ਇੱਕ ਜਵਾਈ ਬਾਲ ਗਿਆ, ਵੀ ਆਹ ਮੇਰੀ ਨਿਸ਼ਾਨੀ ਮਾਨ 'ਤੇ ਰੱਖ ਲਓ, ਜੇ ਤਾਂ ਮੈਂ ਜੀਂਦਾ ਆ ਗਿਆ ਤਾਂ ਤੁਹਾਨੂੰ ਸਾਰਿਆਂ ਨੂੰ ਕੱਢ ਲਈ। ਠੀਕ ਹੈ ਜੀ। ਅਤੇ ਜੇ ਮਾਂ ਮਾਰ ਗਿਆ ਤਾਂ ਫਿਰ ਮਰੇ ਤਾਂ ਪੈ ਜੀ ਬੜੀ ਦਊ। ਬਿਲਕੁਲ ਠੀਕ। ਘੇਰਾ ਤਾਂ ਕਾਫਰਾਂ ਨੇ ਬੁਲਾਈ ਆਪਣਾ। ਠੀਕ ਹੈ ਜੀ। ਕੋਈ ਬੱਚਾ ਨਹੀਂ ਨਿਕਲ ਸਕਦਾ। ਅੱਗੋਂ ਮੇਰੇ ਬੱਚੇ ਉਹ ਸ਼ਾਮਨੀ ਦੇ ਜਦੋਂ ਨੇੜੇ ਗਿਆ ਨਾ ਨਜ਼ੀਕ, ਉੱਥੇ ਕੋ ਅੱਲਾ ਦਾ ਬੰਦਾ ਅੱਗੋਂ ਟੱਕਰਿਆ, ਉਹਨੇ ਕਿਹਾ ਸ਼ਖਸ਼ਾ ਕਿੱਧਰ ਚੱਲਿਆ? ਇਹ ਪੁੱਤਰ ਕੀਕਤ ਬਿਆਨ ਹੈ, ਕੀਕਤ ਸੱਚ। ਠੀਕ ਹੈ। ਉਹਨੇ ਆ ਕੇ ਮੈਂ ਬਜ਼ੁਰਗਾਂ ਚੱਲਿਆ ਫਿਰੋਜ਼ਪੁਰ ਮਦਾਦ ਲੈਣ ਸਾਹਿਬ ਕੋਲੋਂ, ਮਿਲਟਰੀ ਮੇਰਾ ਇੰਨਾ ਮੁਸਲਮਾਨ ਕਾਫਲਾ ਘੇਰੇ 'ਚ ਆ ਪਿਆ, ਮੈਂ ਪਾਕਿਸਤਾਨ ਨੂੰ ਲਿਜਾਣਾ ਚਾਹੁੰਦਾ। ਉਹਨੇ ਆ ਕੇ ਕਰਫਿਊ ਲੱਗਾ, ਗੋਲੀ ਮਾਰਨ ਦਾ ਆਰਡਰ ਹੈ, ਤੂੰ ਸ਼ਹਿਰ 'ਚ ਨਹੀਂ ਵੜ ਸਕਦਾ। ਆਹ ਤੈਨੂੰ ਮੈਂ ਰਾਹ ਦੱਸਾਂ, ਉਹ ਘੋੜੀ ਦੇ ਅੱਗੇ ਲੱਗ ਗਿਆ, ਵਾਲਦ ਸਾਹਿਬ ਪਿੱਛੇ ਲੱਗ ਗਏ, ਉਹਨੇ ਇੱਕ ਐਸਾ ਰਾਹ ਪਾਇਆ ਫਿਰੋਜ਼ਪੁਰ ਜਾ ਨਿਕਲਿਆ। ਅੱਗੇ ਫਿਰ ਉਹ ਹੀ ਬਜ਼ੁਰਗ ਅੱਲਾ ਦਾ ਖੜਾ। ਅੱਛਾ ਜੀ। ਉਹਨੇ ਆ ਕੇ ਬਜ਼ੁਰਗਾਂ ਇੱਥੇ ਵੀ ਕਰਫਿਊ ਲੱਗਾ, ਗੋਲੀ ਦਾ ਆਰਡਰ, ਉਹਨੇ ਕਿਹਾ ਫਿਰ ਉਹਨਾਂ ਨੇ ਕਿਹਾ ਰਾਹ ਤੈਨੂੰ ਰਾਹ ਦੇਵਾਂ। ਜਿਸ ਵੇਲੇ ਰਾਹ ਦੇ ਤਾ ਲੈ ਗਿਆ, ਜਦੋਂ ਜਾ ਕੇ ਤੇ ਫੌਜ ਦਾ ਅਫਸਰ ਜਿਵੇਂ ਬਾਬੇ ਦਾ ਤਾਂ ਉਹ ਵੀ ਵਿਹਲੀ ਸੀ ਜਾਂ ਦੋ ਸੰਦਾਲ ਆ, ਉਹ ਤਾਂ ਭੱਜ ਗਏ ਵਿਚਾਰੇ, ਉੱਥੇ ਅੰਗਰੇਜ਼ ਆਇਆ ਬੈਠਾ ਉਹਦੀ ਥਾਂ 'ਤੇ, ਮੁਸਲਮਾਨ ਤਾਂ ਭੱਜ ਨਾ ਸਕਿਆ ਆਪਣੇ ਬੱਚਿਆਂ ਵਾਸਤੇ, ਉੱਥੇ ਅੰਗਰੇਜ਼ ਆਇਆ ਬੈਠਾ। ਜਦੋਂ ਇਹਨੇ ਘੋੜੀ ਭਰਮ ਕਿਤੇ ਕਰ ਦਿੱਤੀ ਅਤੇ ਸੰਤਰੀ ਖੜਾ ਗਏ, ਉਦੋਂ ਬਿੱਲਾਂ ਬੁੱਲਾਂ ਨਹੀਂ ਹੁੰਦੀਆਂ, ਟੱਲੀਆਂ ਖੜਕਦੀਆਂ ਜਦੋਂ ਜ਼ਮਾਨੇ 'ਚ। ਠੀਕ ਹੈ। ਠੀਕ ਹੈ ਨਾ। ਉਹਨੇ ਟੱਲੀ ਖੜਕਾਈ ਸੰਤਰੀ ਨੇ, ਉਹਨੇ ਕਿਹਾ ਕੌਣ ਹੈ? ਉਹਨੇ ਕਿਹਾ ਕੋਈ ਮੁਸਲਮਾਨ ਚੌਧਰੀ ਮੁੰਡਲੀ। ਅੱਛਾ। ਅਤੇ ਉਹ ਤੈਨੂੰ ਮਿਲਣਾ ਚਾਹੁੰਦਾ। ਉਹਨੇ ਕਿਹਾ ਐਸਾ ਜੁਰਤ ਵਾਲਾ ਕੌਣ ਹੈ? ਇਹਨੂੰ ਗੋਲੀ ਮਾਰ ਦਿਓ, ਗੋਲੀ ਮਾਰ ਦਿਓ ਇਹਨੂੰ। ਮੇਰੇ ਬਾਪ ਨੇ ਆਖਿਆ ਇੱਕ ਮੇਰੀ ਅਰਜ਼ ਸੁਣ ਲਾ। ਬਾਦ ਸਾਹਿਬ ਨੇ ਕਿਹਾ ਸਾਹਿਬ ਜੀ ਇੱਕ ਮੇਰੀ ਅਰਜ਼ ਸੁਣ ਲਓ, ਅਰਜ਼ ਸੁਣ ਲਾ ਜਿਹੜੀ ਮੈਂ ਲੈ ਗਿਆ, ਮੇਰੇ ਸਵਾਲ ਦਾ ਜਵਾਬ ਫਿਰ ਦੇ, ਜੇ ਤਾਂ ਮੈਨੂੰ ਮਾਰਨ ਵਾਲੀ ਗੋਲੀ ਬਣੀ ਹੈ ਤਾਂ ਮਾਰ ਦੀ, ਜੇ ਮੇਰੇ ਜੇ ਮਰਨ ਵਾਲੀ ਗੋਲੀ ਨਹੀਂ ਬਣੀ ਤਾਂ ਤੂੰ ਮੈਨੂੰ ਗੋਲੀ ਨਹੀਂ ਮਾਰ ਸਕਦਾ। ਇਹ ਬਿਆਨ ਦਿੱਤਾ ਮੇਰੇ ਬਾਦ ਸਾਹਿਬ ਨੇ। ਉਹਨੇ ਆ ਕੇ ਐਸਾ ਦਲੇਰ ਕੌਣ, ਇਹਨੂੰ ਅੰਦਰ ਭੇਜੋ। ਅੰਦਰ ਗਿਆ, ਰੁੱਕਾ ਮੇਜ ਤੇ ਸਿੜਤਾ ਜਿਹੜਾ ਲਿਖਿਆ ਸੀ, ਉਹ ਰੁੱਕਾ ਪੜੇਗਾ ਜਵਾਨੀ ਕੀ ਕਰਦਾ ਸੀ, ਉਹਦੇ ਦਿਲ 'ਚ ਖੁਦਾ ਵਸਿਆ, ਅੰਗਰੇਜ਼ ਸੀ,
ਕਹਿੰਦਾ ਮੁਸਲਮਾਨ ਸੀ ਉਹਨੇ ਆਰਡਰ ਲੈ ਕੇ ਤਾ ਵੀ 6 ਗੱਡੀਆਂ ਤੇ ਦੋ ਪਾਸੇ ਇੱਕ ਇੱਕ ਗੱਡੀ ਦੋ ਦੋ ਗੰਨਾ ਮਸ਼ੀਨ ਗੰਨਾ ਠੀਕ ਹੈ ਅਸਲਾ ਚੌਧਰੀ ਮੌਲੀ ਦਿੱਤਾ ਜਾਵੇ ਇਹ ਜਿੰਨੀ ਇਹਦੀ ਮੁਸਲਮਾਨ ਕੌਮ ਹੈ ਜਿੰਨਾ ਇਹਦਾ ਕਾਫਲਾ ਘੇਰੇ 'ਚ ਇਹ ਆਪਦਾ ਕਾਫਲਾ ਲੈ ਕੇ ਸਿਲੇਮਾਨ ਐਡ ਤਾਈਂ ਛੱਡ ਗਿਆ ਉਹ ਇਹਨੂੰ ਅੱਛਾ ਜੀ ਪਾਕਿਸਤਾਨ 'ਚ ਲੈ ਜਾਵੇ ਠੀਕ ਹੈ ਮੈਨੂੰ ਕਿਹਾ ਮੇਰੀ ਇੰਨੀ ਆਵਾਮ ਹੈ ਘੇਰੇ 'ਚ ਮੇਰਾ ਮੁਸਲਮਾਨ ਮੈਂ ਆਪਦੇ ਪਾਕਿਸਤਾਨ 'ਚ ਜਾਣਾ ਚਾਹੁੰਦਾ ਠੀਕ ਹੈ ਜੀ ਮੇਰੀ ਮਿਦਾਦ ਕਰ ਉਹਨੇ ਲਿਖ ਦਿੱਤਾ ਗੱਡੀਆਂ ਜਾਂਦੀਆਂ ਰਹੀਆਂ ਤਿੰਨਾਂ ਘੰਟਿਆਂ ਦਾ ਆਰਡਰ ਦੇ ਤਾ ਆਰਡਰ ਲੈ ਕੇ ਤਿੰਨਾਂ ਘੰਟੇ ਪੁੱਤ ਉਹ ਫਿਰ ਨਾਲ ਮਿਸ਼ਰੀ ਵਾਲਾ ਰਲ ਗਿਆ ਜਿਹੜੇ ਪਿੰਡ ਰਾਹ 'ਚ ਆਏ ਮਾਲਵਾ ਰਲ ਗਿਆ ਰਲਦੀ ਆਈ ਦੁਨੀਆ ਟੁਰੀ ਆਈ ਅਸੀਂ ਅਕਾਲਸਤਾਨ ਖੜੀ ਦੋ ਪਾਸੇ ਵੀ ਮੈਂ ਤੈਨੂੰ ਨੇ ਕੀ ਦੱਸਾਂ ਦੋ ਪਾਸੇ ਊਂ ਗੰਨਾ ਦੇ ਦਿਓ ਅਤੇ ਮਰਨਾ ਚਾਹੁੰਦਾ ਅੱਛਾ ਅਕਾਲਸਤਾਨ ਤੁਸੀਂ ਕਹਿੰਦੇ ਹੋ ਅਕਾਲੀਆਂ ਨੂੰ ਹਾਂ ਅੱਛਾ ਜੱਟਾਂ ਨੇ ਨਹੀਂ ਮਾਰੇ ਮੁਸਲਮਾਨ ਜਿਹਨੇ ਕਾਲੀਆਂ ਨੇ ਨਿੰਗਾਂ ਨੇ ਨਿੰਗਾਂ ਨੇ ਅਤੇ ਕਾਲੀਆਂ ਸਿੱਖਾਂ ਨੇ ਉਸ ਵਕਤ ਸਿੱਖਾਂ ਨੇ ਅੱਜ ਸਾਡੇ ਭਰਾ ਨੇ ਸਿੱਖ ਅੱਜ ਸਾਡੇ ਭਰਾ ਨੇ ਸਿੱਖ ਆਪਦੀ ਕੀਤੀ ਦੀ ਗਲਤੀ ਦੀ ਮਾਫ਼ੀ ਮੰਗਦੇ ਨੇ ਇਹਨਾਂ ਨੇ ਬਹੁਤ ਮਾਰਿਆ ਅੱਛਾ ਜੀ ਇਹ ਮੈਂ ਹੋਲੀ ਆ ਦਿੰਦੀ ਠੀਕ ਹੈ ਜੀ ਵੈਸੇ ਤੁਸੀਂ ਬੜੀ ਖਬਰਾਂ ਰੱਖਦੇ ਹੋ ਦੁਨੀਆਂ ਦੀਆਂ ਬੜੀਆਂ ਖਬਰਾਂ ਨੇ ਤੁਹਾਨੂੰ ਸੁਣ ਮੇਰੀ ਬੇਟਾ ਕਾਫਲਾ ਜੀ ਸਿੰਘ ਅੱਛਾ ਵਾਲਦ ਸਾਹਿਬ ਕਾਫਲਾ ਅਜੇ ਸਾਡਾ ਸਿਆਦੀ 'ਚ ਪੁੱਤ ਘੇਰਾ ਪਿਆ ਸਾਨੂੰ ਰਾਜਾ ਫਰੀਦਕੋਟ ਵਾਲਾ ਉਹਨੇ ਬੜੀ ਦੁਨੀਆਂ ਮਾਰੀ ਸੀ ਰਾਜਾ ਫਰੀਦਕੋਟ ਦੀਆਂ ਬਹੁਤ ਦੁਨੀਆਂ ਮਾਰੀ ਸੀ ਉਹਨੇ ਦਿਨ ਚਾਰ ਦਿਨ ਮੁਦਕੀ ਆ ਗਿਆ ਅਸੀਂ ਸਿਆਦੀ 'ਚ ਅੱਜ ਘੇਰੇ 'ਚ ਬੈਠੇ ਸਾਂ ਕਾਫਲਾ 'ਚ ਵੇਖ ਮੇਰੇ ਪਿੰਡ ਦੀ ਬਹਾਦਰੀ ਮੇਰੇ ਪੇਕੇ ਪਿੰਡ ਦੀ ਠੀਕ ਹੈ ਮੇਰੇ ਪਿਓ ਦੀ ਵੇਖ ਉਹਨਾਂ ਨੇ ਕਿਵੇਂ ਦੁਨੀਆਂ ਬਚਾਈ ਮੁਸਲਮਾਨ ਇੱਕ ਚੌਧਰੀ ਮੁਹੰਦਲੀ ਪਿੱਛੇ ਉਹਨਾਂ ਆਖਿਆ ਰਾਜਾ ਸਾਹਿਬ ਮੁੜ ਜਾਓ ਚੌਧਰੀ ਮੁਹੰਦਲੀ ਦਾ ਕਾਫਲਾ ਲੈ ਕੇ ਸਿਲੇਮਾਨ ਲੰਘ ਗਿਆ ਪਾਕਿਸਤਾਨ 'ਚ ਤੁਸੀਂ ਕਿਹਨੂੰ ਮਾਰਨ ਆ ਗਏ ਉਹ ਰਾਜਾ ਮਾਰਨ ਆ ਰਿਹਾ ਮਾਰਨ ਆ ਰਿਹਾ ਸੀ ਬੜਾ ਅਸਲਾ ਉਹਨੇ ਬੜੇ ਬੜੀ ਰਿਆਸਤ ਦੀ ਦੁਨੀਆ ਮਾਰੀ ਬੜੇ ਕਾਫਲੇ ਮਾਰੇ ਉਹਨਾਂ ਦੇ ਚੌਧਰੀ ਮੁਹੰਦਲੀ ਤਾਂ ਐਡ ਸਿਲੇਮਾਨ ਲੰਘ ਗਿਆ ਅਜੇ ਬੈਠੇ ਅਸੀਂ ਸਿਆਦੀ ਸਾਂ ਠੀਕ ਹੈ ਘੇਰਾ ਸਾਨੂੰ ਉੱਥੇ ਪਿਆ ਪਿਆ ਸੀ ਅੱਛਾ ਜੀ ਵੇਖ ਲਓ ਮੇਰੇ ਪੇਕੇ ਪਿੰਡ ਨੇ ਰਾਜਾ ਮੋੜਤਾ ਮੈਂ ਉਸ ਪੇਕੇ ਪਿੰਡ ਨੂੰ ਕਿਵੇਂ ਭੱਲਾਂ ਮੁਦਕੀ ਵਾਲਿਆਂ ਨੂੰ ਇਸੇ ਪਰੋਂ ਤੁਸੀਂ ਅੱਜ ਵੀ ਸਲਾਮ ਕਰਦੇ ਹੋ ਕਿ ਉਹਨਾਂ ਨੇ ਤੁਹਾਡਾ ਭੈੜਾ ਨਹੀਂ ਸੋਚਿਆ ਨਹੀਂ ਸੋਚਿਆ ਸਰ ਭੈੜ ਪਾਉ ਨਹੀਂ ਕੀਤਾ ਤੁਹਾਡੇ ਨਾਲ ਅਸੀਂ ਕਰ ਕੇ ਉਹਨਾਂ ਨਿਗਾਹ ਭਰ ਕੇ ਨਹੀਂ ਵੇਖਿਆ ਸਾਡੇ ਕਾਫਲੇ ਵਾਲੇ ਅੱਛਾ ਜੀ ਉਹਨਾਂ ਨੇ ਰਾਜਾ ਮੋੜਿਆ ਜੇ ਰਾਜੇ ਨੂੰ ਆਹਦੇ ਵਿਆਹ ਬੈਠੇ ਘੇਰੇ 'ਚ ਤਾਂ ਰਾਜਾ ਤਾਂ ਬੋਟੀ ਬੋਟੀ ਸਾਡੀ ਉਡਾ ਕੇ ਕਰ ਜਾਵੇ ਅਸਲਾ ਹੀ ਨਾ ਹੋਵੇ ਬਿਲਕੁਲ ਉਹਦੇ ਕੋਲ ਤਾਂ ਫੌਜ ਸੀ ਫੌਜ ਸੀ ਉਹਨੇ ਬੜੀਆਂ ਬੜੀ ਦੁਨੀਆ ਮਾਰੀ ਉਹਨੇ ਤਾਂ ਲਾਕਿਆਂ ਦੇ ਲਾਕੇ ਤਬਾਹ ਕੀਤੇ ਇੱਕ ਮੁਦਕੀਆਂ ਦਾ ਕਾਫਲਾ ਬਚਿਆ ਅੱਛਾ ਜੀ ਹਾਂ ਉਹ ਵੀ ਸਾਡੇ ਪਿੰਡ ਨੇ ਬਚਾਇਆ ਠੀਕ ਹੈ ਇਹ ਉਹਨਾਂ ਦਾ ਆਸਾਨ ਨਹੀਂ ਸਾਡੇ 'ਤੇ ਬੜਾ ਆਸਾਨ ਹੈ ਜੀ ਪਹਿਲਾਂ ਤਾਂ ਉਹਨਾਂ ਦਾ ਆਸਾਨ ਮੈਂ ਮੰਨਣੀ ਦੇਖੋ ਮੁਦਕੀ ਵਾਲਿਆਂ ਨੇ ਚੰਗਾ ਕੀਤਾ ਅਤੇ ਰੱਬ ਸੋਹਣੇ ਨੇ ਉਹਨਾਂ ਦੀ ਨੇਕੀ ਨੂੰ ਜ਼ਿੰਦਾ ਰੱਖਣ ਪਰ ਉਹ ਅੱਜ ਤੁਹਾਨੂੰ ਰਿਕਾਰਡ ਕਰਵਾਉਣ ਵਾਸਤੇ ਮੈਨੂੰ ਭੇਜਿਆ ਠੀਕ ਹੈ ਨਾ ਜੀ ਚੌਧਰੀ ਮੁਹੰਮਦ ਅਲੀ ਨੇ ਚੰਗੀਆਂ ਗੱਲਾਂ ਕੀਤੀਆਂ ਚੰਗੇ ਕੰਮ ਕੀਤੇ ਅਤੇ ਰੱਬ ਨੇ ਉਹਨਾਂ ਦਾ ਨਾਂ ਜ਼ਿੰਦਾ ਕਰ ਦਿੱਤਾ ਆਮੀਨ ਇਹ ਆਪਦੇ ਵਾਲਦੇ ਦਾ ਜਿਹੜਾ ਨਾਂ ਨਾ ਮੇਰੀ ਬੜੀ ਖੁਆਇਸ਼ ਸੀ ਉਸ ਵਕਤ ਪਾਕਿਸਤਾਨ ਕੋਈ 10 ਸਾਲ 20 ਸਾਲ 50 ਸਾਲ ਦੇ ਲੋਕ ਨਾਂ ਲੈਂਦਾ ਰਿਹਾ ਨਾ ਵੀ ਚੌਧਰੀ ਮੁਹੰਮਦ ਅਲੀ ਦੁਨੀਆਂ ਕੱਢ ਕੇ ਲਿਆ ਫਿਰ ਵਾਲਦ ਸਾਹਿਬ ਸਾਨੂੰ ਸਾਲ ਹੋ ਗਏ ਦਿਨਾਂ ਨੂੰ ਠੀਕ ਹੈ ਜੀ ਲੋਕ ਜਿਹੜੇ ਛੱਤਾਂ 'ਚ ਪੈ ਸੀ ਨਾ ਲੰਮੇ ਉਹ ਉਹਨਾਂ ਨੇ ਆਖਿਆ ਰਾਜਾ ਆ ਗਿਆ ਫਰੀਦਕੋਟੀਆਂ ਮਾਰਨ ਵਾਸਤੇ ਵਾਲਦ ਸਾਹਿਬ ਜਾਈਆ ਕੁੱਲੇ ਵਾਲੀ ਪੱਗ ਬੰਦੀ ਸੀ ਖੁੰਡੀ ਸੀ ਇਹ ਚੜ੍ਹਿਆ ਗੱਡੀ 'ਤੇ ਜਦੋਂ ਇਹਨੇ ਪੱਗ ਕਹੀ ਨਾ ਖੁੰਡੀ 'ਤੇ ਲੋਕਾਂ ਨੇ ਪੱਗ ਸਿਆਣੀ ਲੋਕਾਂ ਨੂੰ ਉਹਨਾਂ ਕਹਿ ਚੌਧਰੀ ਮੁਹੰਮਦ ਅਲੀ ਮਿੰਟ ਲਿਆ ਕੇ ਫਿਰ ਇਹਨੇ ਮੈਕ ਫੜ ਕੇ ਲਿਆ ਕੇ 2 ਘੰਟੇ ਦਾ ਆਰਡਰ ਬੱਚਾ ਬੱਚਾ ਨਿਕਲਿਆ ਅਤੇ ਟੁਰ ਪਓ ਮਿਲਟਰੀ ਮੈਂ ਲੈ ਕੇ ਆ ਇਹ ਆਪਾਂ ਐਡ 'ਤੇ ਪੜਨਾ ਇੰਨੇ ਕਿਹੜੇ ਪਿੰਡ ਉਠਾਇਆ ਸੀ ਇਸ ਤਰ੍ਹਾਂ ਸਿਆਦੀ 'ਚ ਅੱਛਾ ਠੀਕ ਹੈ ਸਿਆਦੀ 'ਚ ਠੀਕ ਹੈ ਠੀਕ ਹੈ ਜਿਲ੍ਹੇ ਉਹ ਮਿਲਟਰੀ ਲੈ ਕੇ ਆਏ ਫਿਰੋਜ਼ਪੁਰੋਂ ਹਾਂ ਉਦੋਂ ਪੱਗ ਆਪਣੀ ਦੂਰੋਂ ਆਈ ਹਾਂ ਗੱਡੀ 'ਤੇ ਚੜ੍ਹ ਕੇ ਖੁੰਡੇ 'ਤੇ ਫਿਰ ਲਾਈ ਲੋਕਾਂ ਪੱਗ ਸਿਆਣੀ ਠੀਕ ਹੈ ਪਹਿਲਾਂ ਲੋਕਾਂ ਕਹਿੰਦੇ ਰਾਜਾ ਆ ਗਿਆ ਮਾਰਨ ਵਾਸਤੇ ਫਿਰ ਉਹਨਾਂ ਕਹਿੰਦੇ ਪੱਗ ਚੌਧਰੀ ਮੁਹੰਮਦ ਅਲੀ ਦੀ ਅੱਛਾ ਫਿਰ ਜੀ ਤੁਸੀਂ ਨਿਕਲ ਪਏ ਉੱਥੇ ਫਿਰ ਉੱਥੋਂ ਅਸੀਂ ਆ ਗਏ ਪੁੱਤ ਤਿੰਨ ਮਹੀਨੇ ਕਸੂਰ ਕੈਂਪ ਲਾਇਆ ਤੁਸੀਂ ਹੈੱਡ ਕਿਹੜਾ ਲੰਘੇ ਸੀ ਸਿਲੇਮਾਨ ਗੰਡਾ ਸਿੰਘ ਲੰਘੇ ਹੋ ਗੰਡਾ ਸਿੰਘ ਸਿਲੇਮਾਨ ਇਹ ਮੈਨੂੰ ਪਤਾ ਹੈੱਡ ਗੰਡਾ ਸਿੰਘ ਤੁਸੀਂ ਲੰਘੇ ਹਾਂ ਤੇ ਕਸੂਰ ਆ ਗਏ ਸੀ ਤੁਸੀਂ ਮੁਦਕੀ 'ਚੋਂ ਚੱਲ ਕੇ ਕਿੰਨੇ ਦਿਨਾਂ 'ਚ ਕਸੂਰ ਪਹੁੰਚੇ ਸੀ ਇਹ ਤਾਂ ਘੰਟਿਆਂ 'ਚ ਪੜਵੇ ਸੀ ਕਾਫਲੇ ਵਾਲੇ ਤਾਂ ਨੇੜੇ ਸੀ ਸਿਆਦੀਆਂ ਅਤੇ ਸ਼ਾਮ ਨੂੰ ਫਿਰੋਜ਼ਪੁਰ ਦੇ ਨਾਲ ਕਸੂਰ ਅੱਛਾ ਉੱਥੇ ਜਿੱਥੇ ਤੁਹਾਨੂੰ ਘੇਰਾ ਪਿਆ ਰਿਹਾ ਹਾਂ ਉੱਥੋਂ ਫਿਰ ਘੰਟਿਆਂ 'ਚ ਤੁਸੀਂ ਇੱਧਰ ਆ ਗਏ ਸੀ ਠੀਕ ਹੈ ਇੱਥੇ 3 ਮਹੀਨੇ ਕੈਂਪ ਲੱਗਾ ਰਿਹਾ 3 ਮਹੀਨੇ ਕੈਂਪ ਲਾਇਆ ਉਹ 15-20 ਜਵਾਨ ਫੜੇ ਸਿਆਦੀ ਵਾਲੇ ਤਾਂ ਦਾਣੇ ਦੂਣੇ ਤੇ ਉਰਾ ਪਰਾ ਗੰਜਿਆਂ 'ਤੇ ਲੈ ਆਏ
ਜਿਹੜਾ ਸਾਡੇ ਦੂਜੇ ਭੈਣ ਸੀ ਨਾ ਉਹ ਹੱਥੀਂ ਮੁੱਥੀਆਂ ਕੱਪੜਿਆਂ 'ਤੇ ਮੈਂ ਉਹ ਤਾਂ ਪਿੱਛੇ ਲੈ ਕੇ ਸਾਡਾ ਸਭ ਕੋਈ ਵਾਲਦ ਸਾਹਿਬ ਗਿਆ ਗਦਾਮ ਵਾਲਿਆਂ ਕੋਲ 15-20 ਜਵਾਨ ਲੈ ਲਏ ਤੁਹਾਡੇ ਵਰਗੇ ਵੀ ਆਓ ਬੱਚਾ ਤੁਹਾਨੂੰ ਉੱਥੇ ਰਾਸ਼ਨ ਚੁਕਾਵਾਂ ਵੀ ਵਾਹ ਭੁੱਖੀ ਮਰਦੀ ਉਹ ਅੱਗੇ ਬੈਠੇ ਉਹਨਾਂ ਅੱਗੇ ਕੋਈ ਰਾਸ਼ਨ ਰੂਸ਼ਨ ਨਹੀਂ ਬਾਬਾ ਰਾਸ਼ਨ ਕਿੱਥੋਂ ਦੇ ਗਿਆ ਉਹਨੇ ਕਿਹਾ ਅੱਛਾ ਆਉਂਦਾ ਆ ਜਾਓ ਹੁਣੇ ਪਤਾ ਲੱਗ ਜਾਓ ਇੰਨਾ ਕੁ ਬਾਅਦ ਪਿੱਛੇ ਦਿਨ ਸਿਆਣਾ ਉੱਠਿਆ ਮੁੰਡਾ ਉਹਨੇ ਕਿਹਾ ਕੌਣ ਹੈ ਉਹਨੇ ਕਿਹਾ ਕਹਿ ਦਿਆ ਉਹਦਾ ਲੀਡਰ ਹੈ ਇਹ ਮੁਸਲਮਾਨੀ ਦਾ ਲੀਡਰ ਹੈ ਤਵਾਮ ਸਾਰੀ ਕੱਢ ਕੇ ਲਿਆ ਪਾਕਿਸਤਾਨ 'ਚ ਉਹਨਾਂ ਵਾਸਤੇ ਲੈਣਾ ਰਾਸ਼ਨ ਦਿੱਤੀ ਹਿੰਦੁਸਤਾਨ 'ਚ ਕੱਢ ਕੇ ਲਿਆ ਹਾਂ ਕਿ ਹੁਣ ਉਹਦਾ ਭੁੱਖੀ ਮਾਰੀ ਵਾਮ ਨੂੰ ਪਾਕਿਸਤਾਨ ਦੇ ਦੇਣਾ ਕੁਛ ਨਹੀਂ ਉਹਨੇ ਕਿਹਾ ਉੱਪਰ ਮੁੜ ਕੇ ਭੱਜ ਕੇ ਅੱਗੋਂ ਨਹੀਂ ਬਾਬਾ ਸਾਨੂੰ ਮਾਫ਼ੀ ਦੇ ਦੇ ਜਿੰਨੀਆਂ ਮਰਜ਼ੀ ਬੋਰੀਆਂ ਚੁਕਾ ਲਾ ਆਟੇ ਦੀਆਂ ਦਾਲਾਂ ਦੀਆਂ ਜੋ ਜ਼ਰੂਰਤ ਹੈ ਜਿੰਨਾਂ 'ਚ ਦਿੱਤੇ ਜਾਵੇ ਇੱਥੇ ਦੁਨੀਆਂ ਬੈਠੀ ਵਾਮ ਕੈਂਪ ਤੋਂ ਰਾਸ਼ਨ ਦਿੱਤੇ ਠੀਕ ਹੈ ਜੀ ਉਹ ਮੇਰੇ ਪਿਓ ਨੇ ਤਿੰਨ ਉੱਥੇ ਪੈ ਗਿਆ ਪੁੱਤ ਹੈ ਜਾ ਕਸੂਰ ਫਿਰ ਹੈ ਜਾ ਪੈ ਗਿਆ ਨਾ ਅੱਛਾ ਜੀ ਫਿਰ ਉਹਨੇ ਐਲਾਨ ਕੀਤਾ ਐ ਮੇਰੇ ਮੁਸਲਮਾਨੋ ਪਾਈਓ ਬੱਚਿਓ ਭੈਣੋ ਮੈਂ ਅੱਜ ਸਭ ਨੂੰ ਇਜਾਜ਼ਤ ਦਿੰਦਾ ਇੱਥੇ ਪੈ ਗਿਆ ਹੈਜਾ ਇਹ ਤੋਂ ਉੱਠਣਾ ਚਾਹੀਦਾ ਸਾਰਾ ਪਾਕਿਸਤਾਨ ਵਿਹਲਾ ਪਿਆ ਅਜੇ ਸਾਡਾ ਕਾਫਲੇ ਪਹਿਲਾਂ ਆਇਆ ਸੀ ਠੀਕ ਹੈ ਜੀ ਸਾਰਾ ਪਾਕਿਸਤਾਨ ਵਿਹਲਾ ਪਿਆ ਮੇਰੀ ਇਜਾਜ਼ਤ ਕਿੱਧਰ ਕਿਹਦਾ ਦਿਲ ਕਰਦਾ ਮੈਂ ਇਜਾਜ਼ ਕੀਤਾ ਨਿਕਲ ਜਾਓ ਜਾਂਦੇ ਨੇ ਜਿੱਥੇ ਮਰਜ਼ੀ ਬਹਿ ਜਾਓ ਇਹ ਫਿਰ ਕੋਈ ਫੈਸਲਾ ਬਾਅਦ ਹੋ ਗਏ ਮੁਦਕੀ ਵਾਲੇ ਕੋਈ ਲਾਹੌਰ ਦੇ ਜ਼ਿਲ੍ਹੇ ਨੂੰ ਹੋ ਗਏ ਚੰਡਾ ਵਾਲੇ ਜਿਹੜੇ ਸਾਡੇ ਦੋ ਪਿੰਡ 80 ਅਤੇ 89 ਹੈ ਨਾ ਇਹ ਵਾਲਦ ਸਾਹਿਬ ਦੇ ਮਗਰ ਖੜੋ ਗਏ ਇੰਨਾ ਆਖਿਆ ਸਾਡੇ ਮੁਦਕੀ ਦੇ ਨੇ ਇਹਨਾਂ ਦਾ ਚੌਧਰੀ ਮੁਹੰਦਲੀ ਜਿੱਥੇ ਮਰੇਗਾ ਉੱਥੇ ਮਰਾਂਗੇ ਜਿੱਥੇ ਜੀਵੇਗਾ ਉੱਥੇ ਜੀਵਾਂਗੇ ਠੀਕ ਹੈ ਜੀ ਜਿੱਥੇ ਤੁਸੀਂ ਜਾਏਗਾ ਅਸੀਂ ਉੱਥੇ ਜਾਵਾਂਗੇ ਬਿਲਕੁਲ ਠੀਕ ਇਹ ਸਾਹਿਵਾਲ ਦਾ ਇਲਾਕਾ ਸਾਰਾ ਮੇਰੇ ਬਾਪ ਨੇ ਇੰਡੀਆ ਬਣਨ ਤੋਂ ਪਹਿਲਾਂ ਹੀ ਵੇਖਿਆ ਠੀਕ ਹੈ ਜੀ ਅੰਗਰੇਜ਼ਾਂ ਦੇ ਮੇਲੇ ਦਾ ਇਲਾਕਾ ਸਾਰਾ ਉਹਨੇ ਵੇਖਿਆ ਇਹ ਫਿਰ ਇੱਧਰ ਆਇਆ ਇੱਥੇ ਫਸਲਾਂ ਫਸਲਾਂ ਚੁੱਗੀਆਂ ਸੀ ਗੰਦੀਆਂ ਹੀ ਇਹਨਾਂ ਦੋ ਪਿੰਡਾਂ 'ਚ ਠੀਕ ਹੈ ਘਰ ਘਰ ਕੋਈ ਨਹੀਂ ਸੀ ਮਾਜਰ ਮਾੜੇ ਮੋਟੇ ਐਵੇਂ ਮਜ਼ਾਰੇ ਮਜ਼ੂਰੇ ਸੀ ਮਾਲਕਾਂ ਦੇ ਇੱਥੇ ਆ ਕੇ ਨਹੀਂ ਵੇਖਿਆ ਵੀ ਦਰਖਤ ਬਹੁਤ ਖੜਾ ਹੈ ਤੂੜੀ ਬਹੁਤ ਘਣੀ ਪਈ ਸੀ ਇੱਥੇ ਠੀਕ ਹੈ ਕਮਾਦ ਬਹੁਤ ਘਣਾ ਸੀ ਇਹਨਾਂ ਪਿੰਡਾਂ ਸਾਡੇ ਦੋ ਅੱਛੇ ਨਾ ਸੀ ਠੀਕ ਹੈ ਨਰਮਾ ਬਹੁਤ ਵੱਡਾ ਵੱਡਾ ਸੀ ਬੜਾ ਫਲ ਵਾਲਾ ਸੀ ਠੀਕ ਹੈ ਉਹਨੇ ਕਿਹਾ ਮੇਰੀ ਵਾਮ ਇੱਥੇ ਭੁੱਖੀ ਨਾ ਮਰੇ ਨੀ ਬਿਲਕੁਲ ਠੀਕ ਸ਼ਹਿਰ ਨੇੜੇ ਇੱਥੋਂ ਚੀਜ਼ ਲਿਜਾਇਆ ਕਰਨਗੇ ਸ਼ਹਿਰੋਂ ਜਾ ਕੇ ਲਿਆ ਕਰਨਗੇ ਠੀਕ ਹੋ ਗਿਆ 78 ਵਿਹਲਾ ਸੀ 81 ਵੀ ਵਿਹਲੀ ਸੀ 82 ਲੋਕਲਾਂ ਦੀ ਸੀ ਬਾਕੀ ਪਿੰਡ ਜੰਗਲੀਆਂ ਦੇ ਇੱਥੇ ਚੁੱਗ ਜਾਣਾ ਮੇਰੇ ਪਿੰਡ ਵੇਖ ਰਿਜਕ ਵੇਖਿਆ ਜ਼ਮੀਨ ਵੇਖੀ ਵੀ ਜ਼ਮੀਨ ਚੰਗੀ ਜੰਗਲੀ ਜ਼ਮੀਨਾਂ 'ਤੇ ਕਬਜ਼ੇ ਕੀਤੀ ਬੈਠੇ 100-100 ਪਸ਼ੂ ਵਿਹੜੇ ਭਰੀ ਬੈਠੇ ਲੁੱਟਮਾਰ ਕਰਕੇ ਜਦੋਂ ਜਾਂਦੇ ਨੇ ਵਿਚਾਰੀ ਨੂੰ ਬਿਲਕੁਲ ਠੀਕ ਹੈ ਜੰਗਲੀਆਂ ਦਾ ਇੱਕ ਮਰਲਾ ਵੀ ਅੰਦਰ ਫਿਰ ਪਿੱਛੇ ਗਿਆ ਕਸੂਰ ਉਹਨੇ ਕਿਹਾ ਆਓ 80-89 ਮੈਂ ਦੋ ਪਿੰਡ ਵੇਖਿਆ ਉੱਥੇ ਰੋਜ਼ ਹੀ ਬਣੀ ਮੈਂ ਵਾਹ ਭੁੱਖੇ ਨਹੀਂ ਮਰਨ ਦੇਣੀ ਬਿਲਕੁਲ ਠੀਕ ਹੈ ਆ ਜਾਓ ਉਹ ਫਿਰ ਜਿਹੜੇ ਬੈਠੇ 80-89 ਦੋ ਪਿੰਡ ਬੰਨੇ ਲਿਆ ਕੇ ਉਹਨੇ ਅੱਛਾ ਬਾਕੀ ਜਿੱਦਾਂ ਕੋਈ ਕਿੱਧਰ ਨੂੰ ਗਿਆ ਕੋਈ ਕਿੱਧਰ ਨੂੰ ਗਿਆ ਅੱਛਾ ਇੱਥੇ ਲਿਆ ਕੇ ਬੋਲ ਤੁਹਾਨੂੰ ਕਿਹਾ ਉਹ ਬਾਹਰ ਧੜਾਂ ਪਈਆਂ ਤੂੜੀ ਦੀਆਂ ਸਿਰ ਤਿਲ ਜਾਇਆ ਕਰੋ ਸ਼ਹਿਰ ਵੇਚਿਆ ਕਰੋ ਦਰਖਤ ਛਾਂਗੋ ਬਾਲਣ ਬਣਾਓ ਸ਼ਹਿਰਾਂ 'ਚ ਵੇਚੋ ਬੱਚਿਆਂ 'ਤੇ ਆਟਾ ਦਾਨ ਲੈ ਕੇ ਖਵਾਓ ਬਿਲਕੁਲ ਠੀਕ ਹੈ ਨਰਮਾ ਚਗਿੰਦਾ ਚੌਂਕ 'ਚ ਰਖਿੰਦਾ ਉੱਥੇ ਵਪਾਰੀ ਸੱਦ ਕੇ ਉੱਥੇ ਵੇਚਦਾ ਦੋ ਪਿੰਡਾਂ ਇਕੱਠਿਆ ਕਰਕੇ ਕਿਸੇ ਨੂੰ ਜਿਵੇਂ ਜਿਵੇਂ ਆਉਂਦੇ ਉੱਥੇ ਫੜਾਉਂਦਾ ਬਿਲਕੁਲ ਠੀਕ ਹੈ ਫਿਰ ਸਾਵਣ ਦਾ ਮਹੀਨਾ ਜਦੋਂ ਆਏ ਹਾਂ ਈਦ ਭਰ ਕੇ ਰੋਜ਼ੀਆਂ ਲਈ ਫਿਰ ਆ ਗਿਆ ਯਸੂ ਕਿਤੇ ਪਾ ਲਾ ਮੈਂ ਤਾਂ ਦੇਸੀ ਮਹੀਨੇ ਬੋਲਣੀ ਪਾ ਤਾਂ ਮੈਨੂੰ ਨਹੀਂ ਬਿਲਕੁਲ ਠੀਕ ਹੈ ਬੋਲੀ ਆਓ ਫਿਰ ਆ ਗਿਆ ਜੀ ਸਰਦੀ ਪਾਲਾ ਆ ਗਿਆ ਅੱਛਾ ਦੁਨੀਆਂ ਫਿਰ ਪਾਲਾ ਤਾਂ ਮੰਨ ਵੈਸੇ ਕਿਹੜਾ ਉੱਥੋਂ ਕੁਛ ਲੈ ਕੇ ਆਇਆ ਠੀਕ ਹੈ ਫਿਰ ਗਿਆ ਸਾਹਿਬਾਰ ਮਾਲ ਅਫਸਰ ਤਹਿਸੀਲਦਾਰ ਜੋ ਵੀ ਮੈਂ ਕਹਾਂ ਸੀ ਇੱਕਦਮ ਵਾਲੇ ਜਿਹੜੇ ਸੀ ਮਾਲ ਕਰਨੇ ਵਾਲੇ ਹੁੰਦੇ ਨੇ ਨਾ ਉਹਨੇ ਕਿਹਾ ਮੇਰੇ ਦੋ ਪਿੰਡਾਂ ਦੀ ਵਾਮ ਹੈ ਸਰਦੀ ਆ ਗਈ ਬੰਦੋਬਸਤ ਕਰੋ ਦਿਓ ਮੈਨੂੰ ਕੁਛ ਉਹਨੇ ਕਿਹਾ ਚੌਧਰੀ ਦੋ ਟਰੱਕ ਕੰਬਲਾਂ ਦੇ ਲੈ ਜਾ ਵਾਮ ਨੂੰ ਵੰਡਦੇ ਜਾ ਕੇ ਨਾਲ ਮਛਰੀ ਹੇਠ ਨਹੀਂ ਆਉਣ ਘਰਾਂ ਦੇ ਵਿੱਚ ਬੱਚਿਆਂ ਦੇ ਬੰਦਿਆਂ ਦੇ ਇਸ ਕਰਕੇ ਇੰਨੇ ਜੀ ਨੇ ਇਸ ਕਰਕੇ ਉਹ ਲਾ ਲਿਖੇ ਹੋਣੇ ਜਿਹਦੇ 4 ਜੀ ਨੇ ਉਹਨੂੰ ਇੱਕ ਦੋ ਕੰਬਲ ਦੇਣੇ ਜਿਹਦੇ 3 ਜੀ ਨੇ ਉਹਨੂੰ ਇੱਕ ਦੇ ਦੇਣੇ ਵੰਡ ਕੇ ਦੇਣੇ ਚੌਂਕ ਦੇ ਵਿੱਚ ਖੂਹ ਹੁੰਦਾ ਸੀ ਚੌਂਕੀਦਾਰ ਜਵਾਲਾ ਸਹੀ ਹੁੰਦਾ ਸੀ ਨਾਥੀ ਚੱਕਦਾ ਅਗਲਾ ਵਣ ਸੀ ਉਹਨੇ ਉਹ ਛਾਬਾ ਜਿਹਾ ਜਦੋਂ ਖੂਹ ਵਾਲਾ ਕੁੱਟਣਾ ਨਾ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਕੋਈ ਗਵਾਲੇ ਚੌਧਰੀ ਮੁਹੱਲੀ ਪਿੰਡ ਨੂੰ ਇਕੱਠਿਆਂ ਕਰਦਾ ਅੱਛਾ ਜੀ ਹਾਂ ਪਿੰਡ ਨੇ ਇਕੱਠਿਆ ਹੋ ਜਾਣਾ ਪਿੰਡ ਨੇ ਆ ਕੇ ਜੋ ਇਕੱਠਿਆ ਹੋਣਾ ਫਿਰ ਉਹ ਜਿਹੜੀ ਗੱਲ ਕਰਨੀ ਹੁੰਦੀ ਜਾਂ ਚੀਜ਼ ਤਕਸੀਮ ਕਰਨੀ ਵੰਡਣੀ ਹੁੰਦੀ ਉਹ ਫਿਰ ਇੱਕੋ ਜਿਹੀ ਜੀਆਂ ਸੀਤੀ ਫਿਰ ਜੀ ਘਣੀ ਸਰਦੀ ਆ ਗਈ ਫਿਰ ਗਿਆ ਸ਼ਹਿਰ ਉਹਨੇ ਕਿਹਾ ਮੇਰੀ ਵਾਹ ਹੁਣ ਪਾਲੇ ਜੀ ਮਾਰਦੀ ਕੰਬਲਾਂ ਨੇ ਪਾਲਾ ਅਸੀਂ ਸੇਬੇ ਜਿਹੇ ਬੋਰੀਆਂ 'ਚ ਪੋਤੇ ਚੌਧਰੀ ਮੁਹੰਦਰੀ ਸਨੇ ਉਹਦੇ ਬੱਚੇ ਅਸੀਂ ਭੁਈਆਂ ਪਏ ਹਾਂ ਅੱਛਾ ਜੀ ਸਾਡੇ ਬਾਪ ਦੇ ਘਰ ਇੰਨੀ ਵੀ ਚੀਜ਼ ਪਾਕਿਸਤਾਨ ਦੀ ਹੋਵੇ ਤਾਂ ਬੁਰੀ ਸ਼ਾਇ ਹੋਵੇ ਠੀਕ ਹੈ
ਮਿੱਟੀ ਦੇ ਪਿਆਲਿਆਂ 'ਚ ਅਸੀਂ ਪਾਣੀ ਪੀਤਾ ਹੀ ਠੀਕ ਹੈ ਸਾਡੇ ਬਾਪ ਨੇ ਪੀਤਾ ਉਸੇ 'ਚ ਅਸੀਂ ਸਾਲਣ ਖਾਣਾ ਉਸੇ 'ਚ ਪਾਣੀ ਪੀਣਾ ਠੀਕ ਅਸੀਂ ਭੂਈਆਂ ਪੈਣਾ ਸਾਡੇ ਕੋਲ ਦੋ ਕੰਬਲ ਚਾਰ ਜੀ ਸਨ ਦੋ ਕੰਬਲ ਸੀ ਲੇਕਿਨ ਆਵਾਮ ਦਾ ਉਹਨਾਂ ਨੇ ਖਿਆਲ ਕੀਤਾ ਨਾਮ ਦਾ ਖਿਆਲ ਕੀਤਾ ਸੁਣੀ ਚੱਲ ਫਿਰ ਦੋ ਟਰੱਕ ਰਜਾਈਆਂ ਦੇ ਆਇਆ ਨਾਲ ਮਿਸ਼ਰੇਟ ਆਇਆ ਸਾਧ ਨਮਾਜ਼ ਉਹਦਾ ਨਾਂ ਸੀ ਠੀਕ ਹੈ ਪਿੰਡ ਫਿਰ ਦੋਵੇਂ ਇਕੱਠੇ ਹੋ ਗਏ ਅਤੇ ਮੇਰਾ ਉਦੋਂ ਭਾਈ ਇੱਕੋ ਹੀ ਸੀ ਆਫਤਾਬ ਅਹਿਮਦ ਜਿਹੜਾ ਮੈਂ ਪਾਕਿਸਤਾਨ 'ਚ ਲਿਆਈ ਸਾਂ ਠੀਕ ਹੈ ਇਹ 64 ਸਾਲਾਂ ਦਾ ਸੀ ਠੀਕ ਹੈ ਜੀ ਉਹ 64 ਵੀ ਪਿਆਰ ਹੋਵੇ ਬਾਬਾ ਮੈਂ ਵੀ ਰਜਾਈ ਲੈਣੀ ਬਾਬਾ ਮੈਂ ਰਜਾਈ ਲੈਣੀ ਉਸ ਪੁੱਤ ਮਹਿੰਗੇ ਨੂੰ ਮੇਰੇ ਵਾਲਦ ਸਾਹਿਬ ਨੇ ਰਜਾਈ ਨਾ ਦਿੱਤੀ ਆਵਾਮ ਨੂੰ ਵੰਡੀਆਂ ਅੱਗੇ ਤੂੰ ਹਿਸਾਬ ਲਾ ਲਾ ਵੀ ਉਹ ਕਹਿ ਸਮਝ ਆਇਆ ਸੀ ਬਹੁਤ ਅੱਛੀ ਬਾਤ ਬਹੁਤ ਅੱਛੀ ਬਾਤ ਲੋਕ ਆਖੇ ਚੌਧਰੀ ਸਾਨੂੰ ਨਾ ਦੇ ਉਹਨਾਂ ਦਾ ਨਾਂ ਆਵਾਮ ਵਾਸਤੇ ਲਿਆ ਆਵਾਮ ਮੇਰੀ ਗਰੀਬ ਮੇਰੇ ਬੱਚੇ ਭੁੱਖੇ ਮਰਦੇ ਚਾਹੇ ਮਰ ਮਰ ਜਾਣ ਮੈਂ ਪਾਕਿਸਤਾਨ ਦੀ ਕੋਈ ਸ਼ਾਇਦ ਨਹੀਂ ਲੈਣੀ ਠੀਕ ਅੱਛਾ ਮਾਂ ਜੀ ਇਹ ਦੱਸੋ ਚੌਧਰੀ ਮੁਹੰਮਦ ਅਲੀ ਸਾਹਿਬ ਪਿੱਛੇ ਵੀ ਗਏ ਸਨ ਵਾਪਸ ਹਾਂ ਉਹ ਵੀ ਦੱਸ ਨਹੀਂ ਸੁਣ ਲਾ ਉਹ ਵੀ ਤੁਹਾਨੂੰ ਦੱਸਣ ਠੀਕ ਹੈ ਅੱਛਾ ਜੀ ਸਾਲ ਹੋ ਗਿਆ ਕਿੱਲਾ ਜੀ ਲਾਡਮਿੰਟ ਕਰ ਕਰਵਾ ਦੀ ਹਕੂਮਤ ਤੋਂ ਜਿਹਦੇ ਦੋ ਜੀ ਦੋ ਕਿੱਲੇ ਜੀ ਤਿੰਨ ਕਿੱਲੇ ਜਿਵੇਂ ਕਿੱਲਾ ਜੀ ਗਰੀਬ ਮੇਰ ਅੱਸੀ ਨਾਸੀ 'ਚ ਹਰ ਬੰਦਾ ਆਪਦੇ ਘਰ ਲੰਡੀ ਯਤੀਮ ਸਭ ਆਪਦੇ ਘਰੇ ਹਰ ਬੰਦੇ ਦੀ ਜਦੋਂ ਕਾਨੂੰਨ ਨਿਕਲਿਆ ਫਾਰਮ ਉੱਧਰੋਂ ਦੇ ਗਏ ਜ਼ਮੀਨਾਂ ਆਈਆਂ ਉੱਧਰੋਂ ਦੇ ਹਿੰਦੁਸਤਾਨ ਪਾਕਿਸਤਾਨ ਦੀਆਂ ਵਾਲਦੇ ਜਾਣੇ ਅਤੇ ਘੁੰਮਣ ਜਾਣੇ ਸਭ ਦੇ ਫਾਰਮ ਕੱਲ ਕੱਲ ਕੇ ਠੀਕ ਹੈ ਜੀ ਇੰਡੀਆ 'ਚ ਪਹਿਲੀ ਮੰਗਾਈ ਜਦੋਂ ਕਿੱਲਾ ਜੀ ਦਾ ਰਿਵਾਜ ਖਤਮ ਹੋ ਗਿਆ ਫਿਰ ਪਿੱਛੋਂ ਫਾਰਮ ਦੇ ਅੱਗੋਂ ਮਤਲਬ ਲਾਡਮਿੰਟ ਹੋ ਗਈ ਫਿਰ ਉਹ ਕਿੱਲਾ ਜੀ ਤੁੜਵਾ ਕੇ ਦੋ ਪਿੰਡਾਂ ਦੀ ਲਾਡਮਿੰਟ ਕਰਵਾਈ ਜੀ ਜਿੰਨੀ ਕਿ ਇਹਦੇ ਪਿਓ ਦਾਦੀ ਦੇ ਗਏ ਸੀ ਠੀਕ ਹੈ ਮਾਧਵ ਸਰ ਨੇ ਤਹਿਸੀਲਦਾਰ ਨੇ ਉਸ ਵਕਤ 'ਚ ਆਖਿਆ ਚੌਧਰੀ ਮੁਹੰਮਦਲੀ ਤੂੰ ਕੈਦਿਆਂ ਦਾ ਲੀਡਰ ਮੁਸਲਿਮ ਲੀਗ ਦਾ ਲੀਡਰ ਤੂੰ ਦੁਨੀਆ 'ਤੇ ਐਡੇ ਐਡੇ ਕੰਮ ਕੀਤੇ ਕਿ ਵਜ਼ੀਰ ਪਾਤਸ਼ਾਹ ਵੀ ਕਰ ਸਕਦੇ ਤੂੰ ਦੁਕਾਨਾਂ ਨਾ ਲਵਾ ਲਾ ਹਕੀਕਤ ਹੈ ਪੁੱਤ ਹਕੀਕਤ ਹੈ ਮੈਂ ਮੰਜੇ 'ਤੇ ਬੈਠੀ ਵਡਿਆਈ ਨਹੀਂ ਝੂਠ ਨਹੀਂ ਇਹ ਮੇਰੇ ਪਿਓ ਦੇ ਹਲਫੀਆ ਬਿਆਨ ਨੇ ਇਹ ਹਕੀਕਤ ਹੈ ਇਹ ਸੱਚ ਹੈ ਇਹ ਤਰੀਕ ਹੈ ਉਹਨੇ ਆਖਿਆ ਮੈਂ ਨਾ ਇੰਨਾ ਕੋਈ ਛੱਡ ਕੇ ਆਇਆ ਇੰਡੀਆ 'ਚ ਨਾ ਮਿਲਿਆ ਨੇ ਜਿਹੜੇ ਲੋਕ ਛੱਡ ਕੇ ਆਉਂਦੇ ਨਾ ਜਿਹਨਾਂ ਲੱਕ ਪਤਾ ਉਹਨਾਂ ਦੇ ਆ ਜੀ ਠੀਕ ਹੈ ਇੱਕ ਮੈਂ ਮਕਾਨ ਛੱਡ ਕੇ ਆਇਆ ਅਤੇ ਆਪਦੇ ਪਿਓ ਦਾਦੇ ਲਈ ਜਾਇਦਾਦ ਛੱਡ ਕੇ ਆਇਆ ਉਹ ਨਾ ਦਾ ਮੈਂ ਪਾਕਿਸਤਾਨ ਦਾ ਕੱਖ ਨਹੀਂ ਇੱਕ ਲੈਣਾ ਮੈਂ ਅੱਲਾ ਦੇ ਨਾਂ 'ਤੇ ਮੈਂ ਜਾਇਦਾਦ ਵਾਲੇ ਕੰਮ ਕੀਤਾ ਮੈਨੂੰ ਮੇਰਾ ਅੱਲਾ ਸਵਾਰੇ ਮੇਰਾ ਜਨਤਾ ਸ਼ਿਕਾਰ ਹੋਵੇ ਮੈਨੂੰ ਇਹ ਦੁਨੀਆ ਨਹੀਂ ਚਾਹੀਦੀ ਬਿਲਕੁਲ ਠੀਕ ਹੈ ਜੀ ਅੱਛਾ ਚਲੋ ਜੀ ਹੋਈ ਨਹੀਂ ਬਣੀ ਲਾਡਮਿੰਟ ਹੋ ਗਈ ਬੇਵਾ ਦੀ ਪੈ ਲਈ ਆ ਕਿ ਟੀਮ ਦੀ ਪੈ ਲਈ ਅਫਸਰਾਂ ਨੇ ਮੁਕਤ ਇੱਕ ਐਲਾਨ ਕਰਦਾ ਉਹਨੇ ਕਿਹਾ ਜੇ ਕਿਸੇ ਅਫਸਰ ਨੇ ਪੈਸਾ ਲਿਆ ਕਿਸੇ ਗਰੀਬ ਕੋਲੋਂ ਆਪ ਨੂੰ ਥਾਂ ਕਰ ਲਓ ਇੱਕ ਪਟਵਾਰੀ ਫੜਾਇਆ 3000 ਰੁਪਈਆ ਪਿੱਛੇ ਇੱਕ ਬੇਵਾ ਔਰਤ ਦੇ ਉਹਨੂੰ ਆਉਂਦਾ ਤੂੰ ਪੈਸਾ ਨਾ ਕੋਈ ਜੇ ਲਿਆ ਨਾ ਮੈਂ ਇੱਥੋਂ ਲੈ ਲਈ ਉਹ ਸਾਡੇ ਪਿੰਡ ਜਾਈਏ ਨਾ ਤੇ ਉਹ ਮੰਨਾ ਥਾਣੀ ਦੀ ਮਾਂ ਮਰੱਬਾ ਪਹਿਲੀ ਦੱਸੇ ਉਹਦਾ ਤਰੰਡੀ ਸੀ ਇੱਕ ਬੱਚਾ ਤਿੰਨ ਤੀਆਂ ਆਉਂਦਾ ਨਹੀਂ ਚੌਧਰੀ ਨਹੀਂ ਲੈਂਦਾ ਉਹ ਵਾਲਦ ਤਾਂ ਚੋਰੀਆਂ ਦਾ 30 ਰੁਪਈਏ ਦੇ ਫਿਰ ਤੁਹਾਡਾ ਕੋਈ ਖਰਚਾ ਕਰੋ ਉਹਦਾ ਪਿਓ ਸੀ ਬੁਲੰਦਾ ਉਹਨੇ ਆ ਗਿਆ ਕਹਿੰਦਾ ਸ਼ਾਮ ਨੂੰ ਚਾਚਾ ਚੌਧਰੀ ਮੰਗਲੀ 30 ਰੁਪਏ ਅਲਾ ਲੈ 30 ਰੁਪਏ ਮਾਨੂੰ ਮੈਂ ਉੱਥੇ ਸਵੇਰੇ ਜਾਣਾ ਉਹ ਜਿਹੜੇ ਫੜਨ ਵਾਲੇ ਨਹੀਂ ਹੁੰਦੇ ਮੋਹ ਲਿਆ ਗਿਆ ਦਸਖਤ ਕੋਲ ਆ ਗਈਆਂ ਮੋਹਰਾਂ ਨਾ ਦੇ ਕੇ ਕੀ ਕਰਦੇ ਨੇ ਠੀਕ ਹੈ ਜੀ ਇਹ ਤੁਸੀਂ ਜੇਬ 'ਚ ਪਾ ਕੇ ਪਟਵਾਰੀ ਦੇ ਘਰ ਜਾ ਜੇ ਮੈਂ ਅੱਗੇ ਉਹਨਾਂ ਲੈ ਕੇ ਬੈਠਾ ਵਾਂ ਠੀਕ ਹੈ ਉਹਨੇ ਨਾ ਫਰਮਾਨੀ ਮੇਰੇ ਹੁਕਮ ਦੀ ਕੀਤੀ ਤਾਂ ਕੀ ਠੀਕ ਹੈ ਬੇਵਾ ਦੋ ਰੁਪਈਏ ਮੰਗੇ ਤਾਂ ਮੰਗੇ ਕਿਆ ਬਿਲਕੁਲ ਠੀਕ ਮੈਂ ਉਹਨੂੰ ਆਖਿਆ ਸੀ ਉਹ ਉਹਨਾਂ ਨੂੰ ਦੇ ਤੇ ਪਿਓ ਜੀ ਨੂੰ ਉਹਦੇ ਘਰੇ ਜਾ ਵੜੇ ਉਹਨੂੰ ਤਾਂ ਪਤਾ ਸੀ ਚਾਰੇ ਨੂੰ ਮੇਰੀ ਸ਼ਾਮਤ ਆਈ ਉਹਨੇ ਫੜ ਕੇ ਜੇ ਬੂਹਾ ਜੋ ਨਿਕਲੇ ਬਾਹਰ ਬਾਜ਼ਾਰ 'ਚ ਉਹਨੇ ਫੜਾ ਕੇ ਜੇਬ 'ਚ ਪਾਉਣੇ ਸੀ ਅੱਗੇ ਹੀ ਬੈਠੇ ਜਦੋਂ ਅਸੀਂ ਵੇਖਿਆ ਤਾਂ ਪਟਵਾਰੀ ਡੜ ਜਾ ਪਿਆ ਬਾਜ਼ਾਰ 'ਚ ਕਿ ਮੈਂ ਮਾਰਿਆ ਗਿਆ ਹੱਥ ਕੜੀ ਲਾ ਲਈ ਅਤੇ ਲੈ ਕੇ ਫੜ ਕੇ ਅਗਲੇ ਉਹ ਜਿਹੜੇ ਕੀ ਫੜ ਅੱਛਾ ਜੇਬ 'ਚ ਉੱਦਾਂ ਹੱਥ ਪਾ ਉਹਨੇ ਰੁਪਈਏ 'ਤੇ ਕਾਢਣੇ ਸਬੂਤ ਮਿਲ ਗਿਆ ਉਹਨੇ ਹੱਥ ਕੜੀਆਂ ਲਾਈ ਲੈ ਗਏ ਉਹਨੇ ਪਚਾਇਤਾਂ ਟੋਈਆਂ ਉਹਨੇ ਦੁਨੀਆ ਟੋਈ ਮੇਰੇ ਨਿੱਕੇ ਨਿੱਕੇ ਬੱਚੇ ਮੈਨੂੰ ਮਾਫ਼ ਕਰ ਦੇ ਉਹਨੇ ਕਿਹਾ ਨਹੀਂ ਤੂੰ ਧੋਖਾ ਕੀਤਾ ਬੇਵਾ ਔਰਤ ਸੀ ਤੈਨੂੰ ਮੈਂ ਕਿਹਾ ਮੈਂ ਇੱਥੋਂ ਲੈ ਗਈ ਉਹਦੇ ਨਾਲ ਤੈਨੂੰ ਜਿਹੜੀ ਸਜ਼ਾ ਆਉਂਦੀ ਹੋਵੇ ਤੇਰੀ ਨੌਕਰੀਆਂ ਜਾਵੇ ਉਹਦੀ ਨੌਕਰੀ ਵੀ ਗਈ ਉਹਨੂੰ ਸਜ਼ਾ ਵੀ ਹੋਈ ਠੀਕ ਹੈ ਜੀ ਉਹ ਵੈਸਾ ਬੰਦਾ ਸੀ ਅੱਛਾ ਜੀ ਬੇਇਨਸਾਫ਼ੀ ਨਹੀਂ ਸੀ ਹੁਣ ਦਿੰਦਾ ਠੀਕ ਹੈ ਅੱਛਾ ਫਿਰ ਅੱਗੇ ਸੁਣ ਜੋ ਪਿੰਡ 'ਚ ਗਰੀਬ ਅਮੀਰ ਸਭ ਦਾਮੀ ਜ਼ਾਲਮ ਦਾ ਤਾਂ ਉਹ ਸੀ ਸਿਰ ਨਾਲ ਦਾ ਕਾਨੂੰਨ ਨਾਲ ਠੀਕ ਡਾਂਗ ਨਾਲ ਨਹੀਂ ਉਹ ਲੜਿਆ ਕਾਨੂੰਨ ਨਾਲ ਲੜਿਆ ਕੋਈ ਬੰਦਾ ਨਹੀਂ ਜਿੱਤਿਆ ਕਾਨੂੰਨ ਨਾਲ ਮੈਂ ਆਖਣਾ ਬਾਬਾ ਤੂੰ ਦਾਲਤੋਂ ਤਾਂ ਤੈਨੂੰ ਡਰ ਨਹੀਂ ਆਉਂਦਾ ਤੇ ਉਹ ਦਾਲਤਾਂ ਨੂੰ ਜਾਣਾ ਉਹਨੇ ਆਖਣਾ ਪੁੱਤ ਲੋਕ ਦਾਲਤਾਂ ਨੂੰ ਡਰਦੀ ਦਾਲਤ ਮੈਂ ਇੱਥੋਂ ਡਰਦੀ ਜਦੋਂ ਮੈਂ ਦਾਲਤ ਜਾਂਦਾ
ਜੱਜ ਮਿਸ਼ਰੀ ਕਲਮਾ ਮੂੰਹ ਚਲਾ ਲੈਂਦੇ ਨੇ ਕਿ ਚੌਧਰੀ ਮੁੰਦ ਲਿਆ ਗਿਆ। ਇਹਦੀ ਗੱਲ ਪਹਿਲਾਂ ਸੁਣ ਲਓ ਕਿਆਂ ਦਾ ਕਾਨੂੰਨ ਤਲਵਾਰ ਤੋਂ ਤੇਜ਼ ਹੈ, ਕਾਨੂੰਨ ਦੇ ਅੱਗੇ ਕੋਈ ਨਹੀਂ ਵੱਡਾ ਹੋ ਸਕਦਾ। ਬਿਲਕੁਲ ਠੀਕ ਹੈ, ਠੀਕ ਹੈ। ਚਲੋ ਮੈਂ ਸਾਰੀਆਂ ਹੁਣ ਛੱਡ ਦੇਵਾਂ। ਜਦੋਂ ਮੇਰਾ ਵਾਲਦ ਸਾਹਿਬ ਫੌਜ 'ਚੋਂ ਰਿਟਾਇਰ ਹੋਇਆ, ਡਿੱਗਾ ਮਨਕਾ ਟੁੱਟਿਆ, ਬਚ ਗਿਆ, ਛੁੱਟੀ ਹੋ ਗਈ, ਆ ਗਿਆ ਮੁਦਕੀ ਸ਼ਹਿਰ 'ਚ ਆ ਗਿਆ। ਮੁਦਕੀ ਸ਼ਹਿਰ 'ਚ ਅੰਗਰੇਜ਼ ਇੱਕ ਕਹਾਣੀ ਤੈਨੂੰ ਹੋਰ ਸੁਣਾਵਾਂ। ਠੀਕ ਨੇ, ਮੇਮ 'ਚ ਸਭ ਪਤਾ ਕਰਨਾ ਆ ਜਾਂਦੇ ਸੀ, ਦਾਦਾਰੂ ਹਕੂਮਤ ਹਕੂਮਤ ਦਾ ਅੰਗਰੇਜ਼ਾਂ ਦਾ ਸੀ, ਐਂ ਠੀਕ ਠਾਕ ਆ ਗਿਆ। ਉਹ ਕਾਪੀ ਬਣਾ ਲਿਆ ਪਿਲਸ਼ਨ ਦੀ, ਜਦੋਂ ਫੌਜੀਆਂ ਨੂੰ ਮੁਰੱਬੇ ਮਿਲਦੇ ਸੀ ਉਸ ਜ਼ਮਾਨੇ 'ਚ, ਹੈਗੇ ਨਾ ਅਜੇ ਵੀ, ਠੀਕ, ਹਾਂਜੀ ਮਿਲਦੇ, ਅੰਗਰੇਜ਼ ਦਿੰਦੇ ਸੀ ਨਾ ਜੀ ਜੀ, ਮੁਰੱਬੇ ਦੇ ਕਾਗਜ਼ ਵੀ ਬਣਾ ਲਿਆ। ਆਖਰੀ ਜਿੱਦਣ ਆਏ ਚੌਧਰੀ ਮੁੰਦਲੀ ਨੌਕਰੀ ਨੌਕਰੀ ਦੇ ਕੰਮ ਨਹੀਂ ਰਹਿ ਗਿਆ, ਆਹ ਮੁਰੱਬੇ ਦਾ ਕਾਪੀ ਕਾਗਜ਼ ਲੈ ਲਾ, ਆਹ ਬਿਲਡਿੰਗ ਦੀ ਕਾਪੀ ਲੈ ਲਾ। ਗੱਲ ਦਿਲਚਸਪੀ ਵਾਲੀ ਸੁਣੀ ਪਤਾ, ਉਹਨੇ ਆ ਗਿਆ ਮੇਮ ਸਾਹਿਬ, ਸਾਹਿਬ ਜੀ ਨਾ ਮੈਨੂੰ ਮੁਰੱਬਾ ਚਾਹੀਦਾ ਨਾ ਮੈਨੂੰ ਪਿਲਸ਼ਨ ਚਾਹੀਦੀ, ਅਤੇ ਮੇਰੇ ਮੌਲਾ ਨੇ ਮੈਨੂੰ ਜ਼ਿੰਦਗੀ ਇੱਕ ਨਾਮ ਦੇ ਦਿੱਤੀ ਦੁਨੀਆ 'ਚ, ਨਾ ਮੈਂ ਮੁਰੱਬਾ ਲਵਾਂ ਨਾ ਮੈਂ ਪਿਲਸ਼ਨ ਲਵਾਂ। ਉਹਨੇ ਠੁਕਰਾ ਤਾ। ਇਹ ਜ਼ਮਾਨੇ 'ਚ ਕੌਣ ਠੁਕਰਾਉਂਦਾ? ਕੋਈ ਵੀ ਨਹੀਂ। ਇਹ ਜ਼ਮਾਨੇ 'ਚ ਦੁਨੀਆ ਲੁੱਟ ਰਹੀ ਨਾ, ਇਹ ਵਜ਼ੀਰ ਹੈ, ਸਫੀਰ ਹੈ, ਇਹ ਚੇਅਰਮੈਨ ਹੈ, ਐਮਏ ਹੈ, ਬਿਲਕੁਲ ਹੈ, ਪਿੰਡ ਦੇ ਬਾਈਆਂ ਦੇ ਕਰਪਸ਼ਨ ਖਾ ਖਾ ਕੇ ਪਾਕਿਸਤਾਨ ਦੇ ਖਾਨੇ ਖਰਾਬ ਕਰਦੇ, ਮੈਂ ਘੋਸ਼ ਮਜਾਇਦ ਦਿੱਤੀਆਂ। ਅਗਰ ਮੈਂ ਪੜ੍ਹੀ ਹੁੰਦੀ ਕੋਈ 10-12 ਮੈਂ ਇਸ ਪਾਕਿਸਤਾਨ 'ਚ ਕੌਮ ਦੇ ਵਿੱਚ ਹਿੱਸਾ ਲੈਂਦੀ। ਵਾਹ ਜੀ ਵਾਹ, ਯਾਨੀ ਇਨਸ਼ਾਅੱਲਾ ਬਿਲਕੁਲ ਸਹੀ ਹੈ, ਮੈਂ ਹਿੱਸਾ ਲੈ ਸਕਦੀ। ਮੈਂ ਪਿਓ, ਮੇਰੇ ਪਿਓ ਨੇ ਕੋਈ ਸੀਟ ਨਹੀਂ ਲਈ, ਕੋਈ ਉਹਨੂੰ ਲਾਲਚ ਨਹੀਂ ਸੀ। 1948 ਵਿੱਚ ਇੱਕ ਵਾਰੀ ਫਿਰ ਚੌਧਰੀ ਮੁਹੰਮਦ ਅਲੀ ਹਿੰਦੁਸਤਾਨ ਗਏ ਅਤੇ ਇੱਕ ਸਾਲ ਤੱਕ ਲਗਾਤਾਰ ਪੂਰੇ ਪੰਜਾਬ ਵਿੱਚ ਉਹਨਾਂ ਕੁੜੀਆਂ ਨੂੰ ਲੱਭਦੇ ਰਹੇ ਜਿਹੜੀਆਂ 1947 ਵਿੱਚ ਉਹਨਾਂ ਦੇ ਘਰਾਂ ਵਾਲਿਆਂ ਤੋਂ ਖੋਹ ਲਈਆਂ ਗਈਆਂ ਸਨ। ਇਸ ਸਫ਼ਰ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਇਹ ਸਭ ਕੁਝ ਜਾਣਨ ਲਈ ਇਸ ਕਿੱਸੇ ਦਾ ਤੀਸਰਾ ਹਿੱਸਾ ਸਾਡੀ ਅਗਲੀ ਵੀਡੀਓ ਵਿੱਚ ਵੇਖਣਾ ਅਤੇ ਸੁਣਨਾ ਨਾ ਭੁੱਲਣਾ।